ਹੱਕ ਬੇਗਾਨਾ ਆਪਣਾ ਤੇ ਬਾਹਲੀ ਵੱਧ ਗਈ ਭੁੱਖ। ਹੱਕ ਬੇਗਾਨਾ ਆਪਣਾ ਤੇ ਬਾਹਲੀ ਵੱਧ ਗਈ ਭੁੱਖ। ਨਫ਼ਰਤ ਦੇ ਭਾਂਬੜ ਬਾਲ ਕੇ ਹੁਣ ਫਿਰਦੇ ਭਾਲਦੇ ਸੁੱਖ। ਟੱਬਰ ਖੇਰੂ ਖੇਰੂਆਂ ਤੇ ਹੁਣ ਕੌਣ ਵੰਡਾਵੇ ਦੁੱਖ। ਟੱਬਰ ਖੇਰੂ ਖੇਰੂਆਂ ਤੇ ਹੁਣ ਕੌਣ ਵੰਡਾਵੇ ਦੁੱਖ। ਰਿਸ਼ਤਿਆਂ ਦੇ ਵਿਅੰਗ ਕਰਦੀਆਂ ਇਹਨਾਂ ਲਾਈਨਾਂ ਦੇ ਨਾਲ ਮੈਂ ਜਗਤਾਰ ਸਿੰਘ ਜੱਗੀ ਅੱਜ ਫਿਰ ਹਾਜ਼ਰ ਹਾਂ ਅੱਜ ਦਾ ਲਾਈਵ ਸ਼ੋਅ ਲੈ ਕੇ। ਸਭ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਹਮੇਸ਼ਾ ਹੀ ਤਰ੍ਹਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ, ਅਦਾਬ, ਸਲਾਮ, ਹੈਲੋ ਹੈ ਅਤੇ ਨਾਲ ਦੀ ਨਾਲ ਬਹੁਤ ਬਹੁਤ ਨਿੱਘਾ ਸਵਾਗਤ ਅੱਜ ਦੇ ਇਸ ਲਾਈਵ ਸ਼ੋਅ ਦੇ ਵਿੱਚ। ਅੱਜ ਵੀ ਗੱਲਾਂ ਬਾਤਾਂ ਹੋਣਗੀਆਂ, ਪਰ ਜਿਹੜੀ ਇਸ ਸ਼ੇਰ ਦੀ ਆਖਰੀ ਲਾਈਨ ਹੈ ਉਹ ਦਿਲ ਨੂੰ ਟੁੰਬ ਕੇ ਜਾਂਦੀ ਹੈ ਕਿ ਟੱਬਰ ਖੇਰੂ ਖੇਰੂ ਹੈ ਹੁਣ ਕੌਣ ਵੰਡਾਵੇ ਦੁੱਖ। ਸੋ ਮੇਰਾ ਵਿਸ਼ਾ ਜਿਹੜਾ ਅੱਜ ਹੋਏਗਾ, ਤੁਹਾਡੀਆਂ ਜਿਹੜੀਆਂ ਈਮੇਲਜ਼ ਆਈਆਂ ਨੇ ਜਾਂ ਤੁਹਾਡੇ ਸੁਨੇਹੇ ਆਏ ਨੇ ਮੇਲ ਬਾਕਸ ਤੋਂ ਬਾਅਦ, ਉਹ ਇੱਕ ਸੱਚੀ ਘਟਨਾ ਦੇ ਅਧਾਰਤ, ਵੈਸੇ ਇੱਕ ਸੱਚੀ ਘਟਨਾ ਆ, ਉਹਦੇ ਨਾਲ ਦੀਆਂ ਹਜ਼ਾਰਾਂ ਘਟਨਾਵਾਂ ਤੁਹਾਡੇ ਜ਼ਿਹਨ ਦੇ ਵਿੱਚ ਆ ਜਾਣਗੀਆਂ। ਪਰਿਵਾਰਾਂ ਦੀ ਗੱਲ ਕਰਦੀ, ਰਿਸ਼ਤਿਆਂ ਦੀ ਗੱਲ ਕਰਦਾ ਅੱਜ ਵਿਸ਼ਾ ਹੋਏਗਾ, ਪਰ ਪਹਿਲਾਂ ਆਪਾਂ ਥੋੜ੍ਹੀ ਜਿਹਾ ਸ਼ੁਗਲ ਮੇਲਾ ਜਿਹਾ ਕਰ ਲਈਏ। ਸ਼ੁਗਲ ਮੇਲੇ ਦੇ ਵਿੱਚ ਇਹ ਹੁੰਦਾ ਵੀ ਤੁਹਾਡੇ ਸਵਾਲ ਜਿਹੜੇ ਆਉਂਦੇ ਨੇ ਉਹਨਾਂ ਦੇ ਜਵਾਬ ਫਿਰ ਦੇਣ ਦੀ ਕੋਸ਼ਿਸ਼ ਕਰੀਦੀ ਹੈ। ਮੇਲ ਬਾਕਸ ਜਾਣੀ ਕਿ ਸੁਨੇਹੇ ਸੱਜਣਾ ਦੇ ਵਿੱਚ ਪਹਿਲਾ ਸਵਾਲ ਲੈਂਦੇ ਹਾਂ ਰਮਨ ਬੈਂਸ ਫੀਨਿਕਸ ਤੋਂ। ਇਹ ਕਹਿੰਦੇ ਵੀ ਜੱਗੀ ਜੀ, ਜੇ ਪੈਸਾ ਨਾਲ ਨਹੀਂ ਜਾਣਾ ਤਾਂ ਸਾਰੀ ਦੁਨੀਆ ਦਿਨ ਰਾਤ ਇਹਦੇ ਮਗਰ ਕਿਉਂ ਭੱਜੀ ਫਿਰਦੀ ਆ? ਦੇਖੋ ਜੀ, ਇਹ ਤੁਸੀਂ ਆਪਣੇ ਆਪ ਕੋਲੋਂ ਵੀ ਪੁੱਛ ਕੇ ਦੇਖੋ। ਮੈਂ ਤੁਹਾਨੂੰ ਜਾਣਦਾ, ਮੈਂ ਤੁਹਾਨੂੰ ਮਿਲਿਆ ਹੋਇਆ, ਤੁਸੀਂ ਵੀ ਦਿਨ ਰਾਤ ਆਪਣੇ ਕੰਮਕਾਰ ਦੇ ਵਿੱਚ ਲੱਗੇ ਰਹਿੰਦੇ ਹੋ, ਕੋਈ ਆਰਾਮ ਨਹੀਂ, ਕੋਈ ਕੁਛ ਨਹੀਂ, ਅਤੇ ਇਹ 24 ਘੰਟੇ ਤਾਂ ਨਹੀਂ ਖੈਰ ਕਹਿ ਸਕਦੇ ਪਰ ਕਾਫੀ ਸਮਾਂ ਇੱਥੇ ਬਿਤਾਉਂਦੇ। ਮੁੱਖ ਦੀ ਗੱਲ ਇਹ ਹੈ, ਪਹਿਲੇ ਸਮਿਆਂ ਦੇ ਵਿੱਚ ਬੰਦੇ ਭੱਜਦੇ ਸੀ ਗਰਾਊਂਡ ਪਿੱਛੇ, ਗਰਾਊਂਡ ਦੇ ਵਿੱਚ ਭੱਜਣਾ ਉਹਨਾਂ ਨੇ, ਐਕਸਰਸਾਈਜ਼ ਕਰਨੀ ਤਾਂ ਰੇਸ ਲਾਉਣੀ ਤਾਂ ਕਿ ਸਿਹਤ ਫਿੱਟ ਰਹੇ। ਅੱਜ ਕੱਲ੍ਹ ਗਰਾਊਂਡ ਦੇ ਵਿੱਚ ਭੱਜਣ ਦਾ ਕਿਸੇ ਕੋਲ ਟਾਈਮ ਨਹੀਂ ਹੈ, ਪੈਸੇ ਮਗਰ ਸਾਰੇ ਭੱਜਦੇ ਨੇ, ਪੈਸੇ ਮਗਰ ਵੀ ਇੰਨਾ ਭੱਜਦੇ ਨੇ ਕਿ ਜਿਹਦਾ ਹਿਸਾਬ ਕੋਈ ਨਹੀਂ। ਬਹੁਤ ਸਾਰੇ ਹੈਗੇ ਜਿਨ੍ਹਾਂ ਨੂੰ ਸਬਰ ਹੈਗਾ, ਸੰਤੋਖ ਹੈਗਾ ਵੀ ਚਲੋ ਠੀਕ ਹੈ, ਜੋ ਰੱਬ ਦਾ ਦਿੱਤਾ ਬਹੁਤ ਵਧੀਆ, ਅਦਰਵਾਈਜ਼ ਤਾਂ ਇਹੀ ਹੁੰਦਾ ਜਿਵੇਂ ਉਹ ਸ਼ੇਰ ਇੱਕ ਮੈਂ ਪੜ੍ਹਦਾ ਹੁੰਦਾ, ਪੈਦਲ ਤੁਰਿਆ ਜਾਂਦਾ ਕਹਿੰਦਾ ਸਾਈਕਲ ਜੁੜ ਜਾਵੇ, ਸਾਈਕਲ ਵਾਲਾ ਫੇਰ ਸਕੂਟਰ ਕਾਰ ਭਾਲਦਾ ਹੈ, ਪੜ੍ਹਿਆ ਲਿਖਿਆ ਬੰਦਾ ਤਾਂ ਰੁਜ਼ਗਾਰ ਭਾਲਦਾ ਹੈ, ਮਿਲ ਜਾਵੇ ਰੁਜ਼ਗਾਰ ਤਾਂ ਸੋਹਣੀ ਨਾਰ ਭਾਲਦਾ ਹੈ, ਮਿਲ ਜਾਏ ਸੋਹਣੀ ਨਾਰ ਤਾਂ ਕਿਹੜਾ ਪੁੱਛਦਾ ਬੇਬੇ ਨੂੰ, ਉਦੋਂ ਬੰਦਾ ਚੋਪੜੀਆਂ 'ਤੇ ਚਾਰ ਭਾਲਦਾ ਏ। ਇਹ ਵੀ ਰਾਮ ਕਹਾਣੀ, ਬਹੁਤੇ ਦਿਨ ਤੱਕ ਨਹੀਂ ਚੱਲਦੀ ਅਤੇ ਆਖਿਰ ਵੇਲੇ ਬੰਦਾ ਬੰਦੇ ਚਾਰ ਭਾਲਦਾ ਏ। ਸੋ ਸਾਈਕਲ ਵਾਲਾ ਸਕੂਟਰ ਭਾਲਦਾ, ਸਕੂਟਰ ਵਾਲਾ ਕਾਰ ਭਾਲਦਾ, ਜੇ ਕੋਈ ਬਾਹਲੀਆਂ ਸਾਰੀਆਂ ਕਾਰਾਂ ਉਹ ਜਹਾਜ਼ ਭਾਲਦਾ। ਔਰ ਮੈਂ ਅੱਜ ਮੈਂ 7 ਦੁਨੀਆ ਦੇ ਅਮੀਰ ਬੰਦਿਆਂ ਦੀ ਵੀਡੀਓ ਦੇਖ ਰਿਹਾ ਸੀ, ਤਾਂ ਉਹਦੇ 'ਚ ਮਤਲਬ ਕਿਸੇ ਕੋਲ ਸੋਨੇ ਦੀਆਂ ਕਾਰਾਂ ਨੇ, ਕਿਸੇ ਕੋਲ ਕੋਈ ਸੋਨੇ ਦਾ ਜਹਾਜ਼ ਹੈ, ਕਿਸੇ ਕੋਲ ਡਾਇਮੰਡ ਦਾ ਕੁਛ। ਮੈਂ ਹੈਰਾਨ ਰਹਿ ਗਿਆ ਵੀ ਰੋਟੀਆਂ ਤਾਂ ਉਹ ਵੀ 2 ਹੀ ਖਾਂਦੇ ਹੋਣੇ ਆ, ਸੋਨੇ ਦੇ ਜਹਾਜ਼ 'ਚ ਬੈਠ ਕੇ ਕਿਹੜਾ ਰੋਟੀਆਂ 4 ਖਾ ਲੈਂਦੇ ਆ। ਚਲੋ ਖੈਰ, ਮੁੱਕਦੀ ਗੱਲ ਇਹ ਹੈ ਜੀ, ਸਾਡਾ ਜਿਹੜਾ ਕਿਤੇ ਵੀ ਕੋਈ ਪੁੱਛਣ ਦੱਸਣ ਵਾਲਾ ਹੋਵੇ, ਮਾੜਾ ਮੋਟਾ ਬੰਦਾ ਜਿਹਨੂੰ ਪਤਾ ਹੋਵੇ, ਤਾਂ ਉਹਨੂੰ ਫਿਰ ਜਦੋਂ ਪਹਿਲਾ ਸਵਾਲ ਇਹ ਹੀ ਹੁੰਦਾ ਸਾਡੀਆਂ, ਜਦੋਂ ਕੋਈ ਬਾਬਾ ਘਰ ਆਉਂਦਾ ਤਾਂ ਇਹੀ ਸਵਾਲ ਹੁੰਦਾ, ਮਾਵਾਂ ਭੈਣਾਂ ਆਂਟੀਆਂ ਚਾਚੀਆਂ ਤਾਈਆਂ ਜਿਹੜੀਆਂ ਕਹਿੰਦੀਆਂ ਨੇ ਕਿ ਬਾਬਾ ਜੀ ਪੈਸਾ ਨਹੀਂ ਟਿਕਦਾ। ਇੱਥੇ ਵੀ ਇੱਕ ਬਾਬੇ ਨੇ ਦੱਸਿਆ, ਅਮਰੀਕਾ ਆਇਆ ਹੋਇਆ ਸੀ, ਕਹਿੰਦੇ ਮੈਂ ਵੀ ਕਿਸੇ ਦੇ ਘਰ ਚਲੇ ਗਿਆ ਅਤੇ ਉੱਥੇ ਵੀ ਲੇਡੀ ਜਿਹੜੀਆਂ ਸੀਗੀਆਂ ਕਹਿੰਦੇ ਬਾਬਾ ਜੀ ਪੈਸਾ ਨਹੀਂ ਟਿਕਦਾ। ਉਹ ਕਹਿੰਦੇ ਜੇ ਪੈਸਾ ਟਿਕਦਾ ਹੁੰਦਾ ਤਾਂ ਮੈਂ ਇੱਥੇ ਅਮਰੀਕਾ ਆਉਂਦਾ, ਇੰਡੀਆ ਦਾ ਨਹੀਂ ਤਾਂ ਚੁੱਪ ਕਰਕੇ। ਸੋ ਪੈਸਾ ਜਿਹੜਾ ਹੈ ਜੀ, ਪੈਸਾ ਇੱਕ ਚੀਜ਼ ਐਸੀ ਬਣਾਈ ਆ, ਅਤੇ ਵੈਸੇ ਥਾਂ ਥਾਂ ਵੈਰ ਪਵਾਏ ਆ ਪੈਸੇ ਨੇ, ਥਾਂ ਥਾਂ ਰਿਸ਼ਤੇ ਜਿਹੜੇ ਖਤਮ ਕੀਤੇ ਪਏ ਨੇ ਪੈਸੇ ਨੇ, ਪਰ ਇਹਦੇ ਮਗਰ ਲੋਕ ਕਿਉਂ ਭੱਜਦੇ ਨੇ ਇਹਦੀ ਗੱਲ ਮੈਨੂੰ ਵੀ ਸਮਝ ਨਹੀਂ ਆਈ। ਮੈਂ ਵੀ ਭੱਜਦਾ ਜੀ ਪੈਸੇ ਮਗਰ, ਪਰ ਪੈਸਾ ਜਦੋਂ ਮਗਰ ਭੱਜਦੇ ਤਾਂ ਹੱਥ ਨਹੀਂ ਆਉਂਦਾ, ਜੇ ਆਰਾਮ ਨਾਲ ਟਿਕ ਕੇ ਖੜ੍ਹ ਜਾਓ ਨਾ ਫੇਰ ਕੋਲ ਆਉਂਦਾ। ਚਲੋ ਖੈਰ, ਅਗਲਾ ਹੈ ਜੀ ਜਸਨਜੀਤ ਸਿੰਘ ਨੌਰਥ ਕੈਰੋਲੀਨਾ ਤੋਂ। ਇਹ ਕਹਿੰਦਾ ਵੀ ਅੰਕਲ ਜੀ, ਮੈਂ ਆਪਣੇ ਦਾਦਾ ਜੀ ਕੋਲੋਂ ਸੁਣਦਾ ਸੀ ਕਿ ਪੱਗ ਵੱਟ ਭਰਾ ਹੁੰਦੇ ਨੇ। ਆਏ ਹਾਏ 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 ਹਾਏ, ਇਹ ਪੱਗ ਵੱਟ ਭਰਾ ਕੀ ਹੁੰਦੇ ਆ? ਕਿਆ ਬਾਤ ਹੈ, ਕਿਆ ਸਵਾਲ ਹੈ ਜੀ। ਮੇਰੇ ਖਿਆਲ ਅੱਜ ਦੇ ਸਾਡੇ ਬੱਚਿਆਂ ਨੂੰ ਇਹ ਸਵਾਲ ਹੀ ਰਹਿ ਗਿਆ ਦਿਮਾਗ ਦੇ ਵਿੱਚ ਕਿ ਪੱਗ ਵੱਟ ਭਰਾ ਕੀ ਹੁੰਦੇ ਸੀਗੇ। ਅਤੇ ਅੱਜ ਕੱਲ੍ਹ ਕਿਉਂਕਿ ਪੱਗਾਂ ਵਟਾਉਂਦੇ ਘੱਟ ਨੇ, ਲਾਉਂਦੇ ਜ਼ਿਆਦਾ ਨੇ, ਉਹ ਵੀ ਸਖਿਆਂ ਦੀਆਂ ਆਪਣਿਆਂ ਦੀਆਂ।
ਸੋ ਬੇਟਾ ਪੱਗ ਵੱਟ ਭਰਾ ਇੱਕ ਇਹ ਹੁੰਦੇ ਸੀਗੇ ਕਿ ਇੱਕ ਪੱਗ ਵਟਾ ਲਈ ਜਾਂਦੀ ਸੀ, ਉਸ ਤੋਂ ਬਾਅਦ ਸਕਿਆਂ ਨਾਲੋਂ ਵੱਧ ਇੱਕ ਦੂਜੇ ਨਾਲ ਉਹ ਨਿਭਦੇ ਸੀਗੇ, ਅਤੇ ਉਦੋਂ ਬਾਅਦ ਜਿਹੜੇ ਉਹਨਾਂ ਦੇ ਰਿਸ਼ਤੇ ਹੁੰਦੇ ਸੀ, ਉਹਦੀਆਂ ਭੈਣਾਂ ਹੁੰਦੀਆਂ ਸੀ ਇੱਕ ਦੂਜੇ ਦੀਆਂ, ਤਾਂ ਉਹ ਸਕਿਆਂ ਨਾਲੋਂ ਵੱਧ ਉਹਨਾਂ ਨੂੰ ਸਮਝਦੇ ਸੀ, ਦਿਲੋਂ ਸਤਿਕਾਰ ਕਰਦੇ ਸੀਗੇ। ਪਰ ਇਹ ਤੁਸੀਂ ਹੁੰਦੇ ਸੀ ਕਿਹਾ, ਸੁਣਦਾ ਹੁੰਦਾ ਸੀ ਕਿ ਪੱਗ ਵੱਟ ਭਰਾ ਹੁੰਦੇ ਸੀ, ਇਹ ਵਾਕਿਆ ਹੀ ਹੁੰਦੇ ਹੀ ਸੀ, ਅੱਜ ਨਹੀਂ ਹੈਗੇ। ਅੱਜ ਕੱਲ੍ਹ ਪੱਗ ਵੱਟ ਭਰਾਵਾਂ ਦੀ ਗੱਲ ਛੱਡਿਓ ਬੇਟਾ, ਵੈਸੇ ਮੈਂ ਗੱਲ ਕਰਨੀ ਨਹੀਂ ਚਾਹੁੰਦਾ ਨਿਆਣਿਆਂ ਵਾਸਤੇ, ਨਿਆਣਿਆਂ ਦੇ ਅੱਗੇ। ਅੱਜ ਕੱਲ੍ਹ ਤਾਂ ਜਿਹੜੇ ਸਕੇ ਭਰਾ ਨੇ ਉਹ ਵੀ ਨਾਲ, ਜਿਹੜੇ ਕਈ ਨਹੀਂ ਨਿਭਦੇ, ਕਈਆਂ ਨੇ ਸਕੇ ਭਰਾ ਇੱਕ ਦੂਜੇ ਦਾ ਨੁਕਸਾਨ ਕਰਕੇ ਆਪਣਾ ਫਾਇਦਾ ਕਰਦੇ ਨੇ। ਇਹੋ ਜਿਹੀਆਂ ਗੱਲਾਂ ਰਿਸ਼ਤਿਆਂ ਦੀਆਂ ਆਪਾਂ ਕਰਨੀਆਂ ਬਾਅਦ ਦੇ ਵਿੱਚ, ਜੇ ਪ੍ਰੋਗਰਾਮ ਦੇਖਦੇ ਹੋਏ ਤਾਂ ਜ਼ਰੂਰ ਸੁਣਿਓ, ਕੁਛ ਨਾ ਕੁਛ ਸਿੱਖਣ ਦੀ ਕੋਸ਼ਿਸ਼ ਕਰਿਓ, ਸਾਡੇ ਦਰਸ਼ਕ ਬਹੁਤ ਚੰਗੀਆਂ ਗੱਲਾਂ ਕਰਦੇ ਨੇ। ਲਓ ਜੀ, ਬੂਟਾ ਸਿੰਘ ਖੱਖ ਟਰਲਕ ਤੋਂ ਇਹ ਕਹਿੰਦੇ ਨੇ ਜੀ ਵੀ ਕੀ ਬੰਦਾ ਆਪਣੀਆਂ ਗਲਤੀਆਂ ਕੋਲੋਂ ਸਿੱਖਦਾ ਹੈ, ਗਲਤੀਆਂ ਤੋਂ ਸਿੱਖਦਾ, ਗਲਤੀਆਂ ਕਰਕੇ ਉਹ ਤੋਂ ਫਿਰ ਸਿੱਖਦਾ, ਉਹ ਗਲਤੀਆਂ ਅੱਗੇ ਨਹੀਂ ਕਰਦਾ। ਇਹਦਾ ਜਵਾਬ ਇਹ ਹੈ ਜੀ, ਬੰਦਾ ਗਲਤੀਆਂ ਕੋਲੋਂ ਬਿਲਕੁਲ ਸਿੱਖਦਾ, ਆਪਣੀਆਂ ਗਲਤੀਆਂ ਤੋਂ ਸਿੱਖਦਾ, ਪਰ ਜੇ ਗਲਤੀ ਮੰਨੇ ਤਾਂ। ਪਰ ਇੱਥੇ ਗਲਤੀ ਮੰਨਣ ਦਾ ਹੀ ਰਿਵਾਜ਼ ਹੈ, ਨਹੀਂ ਸਿੱਖਣਾ ਕੀ ਕਿਸੇ ਨੇ, ਮਤਲਬ ਮੰਨਣ ਦਾ ਵੀ ਰਿਵਾਜ਼ ਛੱਡੋ। ਸਾਡੀ ਫਿਤਰਤ ਇਹ ਬਣ ਗਈ ਹੈ ਜੇ ਗਲਤੀ ਮੇਰੇ ਕੋਲੋਂ ਹੋ ਗਈ ਹੈ ਤਾਂ ਮੈਂ ਨਾਲ ਦੇ ਸਿਰ ਲਾਉਣੀ ਆ, ਉਹਨੇ ਕੀਤੀ ਆ। ਹੁਣ ਅੱਗੇ ਉਹ ਬੰਦਾ ਹੀ ਚੰਗਾ ਹੋਵੇ, ਬੰਦਾ ਉਹ ਸਾਂਭ ਜਾਂਦਾ, ਅਦਰਵਾਈਜ਼ ਗਲਤੀ ਦੂਜੇ ਦੇ ਸਿਰ ਲਾਉਣ ਵਾਲਾ ਅਤੇ ਆਪ ਤਾਂ ਬਚ ਜਾਂਦਾ, ਦੂਏ ਸਿਰ ਲਾਉਂਦਾ। ਇੱਕ ਬੰਦਾ ਕੋਈ ਸਕੂਟਰ 'ਤੇ ਜਾ ਰਿਹਾ ਅੱਗੇ, ਕਿਤੇ ਧਿਆਨ ਫੋਨ ਫੂਨ 'ਤੇ ਹੋਣਾ, ਜੇ ਕਾਹਤੇ ਹੋਣਾ, ਖੰਭੇ 'ਚ ਵੱਜਾ ਜਾ ਕੇ, ਅਤੇ ਆਪ ਦੀ ਗਲਤੀ ਮੰਨਣ ਦੀ ਬਜਾਏ ਕਹਿੰਦਾ ਲੈ ਬਿਜਲੀ ਵਾਲੇ ਖੰਭਾ ਸੜਕ ਦੇ ਵਿਚਾਲੇ ਲਾਇਆ, ਪਾਸੇ ਲਾਉਣਾ ਚਾਹੀਦਾ ਹੀ। ਇਹੋ ਜਿਹੇ ਬੰਦੇ ਨੇ। ਇੱਕ ਹੋਰ ਥੋੜ੍ਹੀ ਜਿਹੀ ਲੰਬੀ ਸਟੋਰੀ ਹੈ, ਉਹ ਮੈਂ ਸੁਣਾਉਣੀ ਚਾਹੁੰਦਾ ਗਲਤੀ ਬਾਰੇ ਵੀ। ਜਦੋਂ ਬੰਦਾ ਅੱਗੇ ਤਕੜਾ ਹੋਵੇ ਤਾਂ ਉਹ ਆਪਦੀ ਗਲਤੀ ਜਿਹੜੀ ਹੈ ਉਹਨੇ ਨਹੀਂ ਕੀਤੀ ਤਾਂ ਉਹਨੂੰ ਪ੍ਰੂਵ ਕਰ ਦਿੰਦਾ, ਬਲਕਿ ਉਹ ਅਗਲੇ ਦੀ ਗਲਤੀ 'ਚੋਂ ਆਪਦਾ ਫਾਇਦਾ ਕਰ ਲੈਂਦਾ। ਸ਼ੋਰਟ ਦੇ ਵਿੱਚ ਦੱਸਦਾ, ਇੱਕ ਬਜ਼ੁਰਗ ਕੋਈ ਟ੍ਰੇਨ ਦੇ ਵਿੱਚ ਸਫ਼ਰ ਕਰ ਰਹੇ ਸੀਗੇ, 10-12 ਮੁੰਡੇ ਚੜ੍ਹੇ ਸ਼ਰਾਰਤੀ ਜੇ, ਉਹ ਕਹਿੰਦੇ ਚੇਨ ਖਿੱਚਦੀ ਹੈ, ਚੇਨ ਖਿੱਚਦੀ ਹੈ, ਚੇਨ ਖਿੱਚਦੀ ਹੈ। ਉਹ ਕਹਿੰਦੇ ਨਹੀਂ, ਚੇਨ ਖਿੱਚੇ ਤਾਂ 500 ਰੁਪਏ ਜੁਰਮਾਨਾ ਲੱਗਣਾ। ਉਹ ਕਹਿੰਦੇ ਵੀ ਆਪਾਂ ਕੋਈ ਨਹੀਂ, 100-100 ਪਾਉਂਦੇ ਹਾਂ, ਜੇ ਜੁਰਮਾਨਾ ਦੇਣਾ ਪਿਆ ਦੇ ਦਾਂਗੇ। ਪਹਿਲੀ ਗੱਲ ਤਾਂ ਆਪਾਂ ਜੁਰਮਾਨਾ ਦੇਣਾ ਹੀ ਨਹੀਂ, ਆਪਾਂ ਮੰਨਣਾ ਨਹੀਂ ਵੀ ਚੇਨ ਆਪਾਂ ਖਿੱਚੀ ਹੈ। ਟ੍ਰੇਨ ਦੇ ਵਿੱਚ ਇੱਕ ਬਜ਼ੁਰਗ ਸੀਗੇ ਅਤੇ ਬਾਕੀ 10-12 ਮੁੰਡੇ ਸੀ, ਉਹਨਾਂ ਨੇ 100-100 ਰੁਪਇਆ ਕੱਢ ਕੇ ਇਕੱਠਾ ਕੀਤਾ, ਕਹਿੰਦੇ ਲੋੜ ਪਈ ਨਾ ਆਪਾਂ ਇਹ ਅਲੱਗ ਰੱਖ ਲਈ ਨੇ, 1200 ਰੁਪਈਆ ਜੇਬ 'ਚ ਪਾ ਕੇ ਇੱਕ ਮੁੰਡੇ ਨੇ ਜੇਬ 'ਚ ਪਾ ਲਿਆ ਵੀ ਜੇ ਲੋੜ ਪਈ ਦੇ ਦਾਂਗੇ। ਵੈਸੇ ਆਪਾਂ ਕਹਿਣਾ ਅਸੀਂ ਚੇਨ ਖਿੱਚੀ ਨਹੀਂ, ਬਜ਼ੁਰਗ ਨੇ ਖਿੱਚੀ ਆ। ਉਹ ਬਜ਼ੁਰਗ ਕਹਿੰਦਾ ਵੀ ਮੈਂ ਕੀ ਕਸੂਰ ਕੀਤਾ ਯਾਰ, ਤੁਸੀਂ ਮੈਨੂੰ ਕਾਹਨੂੰ ਫਸਾਈ ਜਾਂਦੇ ਹੋ। ਉਹ ਕਹਿੰਦੇ ਉਹ ਸ਼ਰਾਰਤੀ ਸੀਗੇ, ਉਹਨੇ ਚੇਨ ਖਿੱਚਤੀ, TT ਆ ਗਿਆ, ਪੁਲਿਸ ਆ ਗਈ, ਅਤੇ ਆਉਂਦੇ ਮੁੰਡੇ ਸਾਰੇ ਕਹਿੰਦੇ ਜੀ ਉਸ ਬਜ਼ੁਰਗ ਨੇ ਚੇਨ ਖਿੱਚੀ, ਉਸ ਬਜ਼ੁਰਗ ਨੇ ਚੇਨ ਖਿੱਚੀ ਹੈ। ਪੁਲਿਸ ਵਾਲੇ ਕਹਿੰਦੇ ਕਿਉਂ ਖਿੱਚੀ ਬਜ਼ੁਰਗ ਚੇਨ, ਤੁਸੀਂ ਸ਼ਰਮ ਨਹੀਂ ਹੋਈ ਤੁਹਾਨੂੰ, ਇੰਨੇ ਲੋਕ ਸਫ਼ਰ ਕਰ ਰਹੇ ਨੇ। ਬਜ਼ੁਰਗ ਕਹਿੰਦਾ ਜੀ ਬਜ਼ੁਰਗ ਨੇ ਫਟਾਫਟ ਆਪਣੀ ਗਲਤੀ, ਹਾਂਜੀ ਕਹਿੰਦਾ ਜੀ ਮੈਂ ਖਿੱਚੀ ਹੈ ਚੇਨ। ਮੁੰਡੇ ਖੁਸ਼ ਹੋ ਗਏ, ਲੈ ਵੀ ਲੈ ਮੰਨ ਗਿਆ, ਫਟਾਫਟ ਖਿੱਚੀ ਚੇਨ। ਉਹ ਕਹਿੰਦੇ ਕਿਉਂ ਖਿੱਚੀ, ਕਹਿੰਦੇ ਜੀ ਮੇਰੇ ਕੋਲ ਸੀਗਾ 1200 ਰੁਪਈਆ, ਇਹਨਾਂ ਮੁੰਡਿਆਂ ਨੇ ਮੇਰੇ ਕੋਲ ਖੋਹ ਲਿਆ ਅਤੇ ਇਸ ਮੁੰਡੇ ਦੀ ਜੇਬ ਦੇ ਵਿੱਚ ਹੈ। ਪੁਲਿਸ ਵਾਲੇ ਨੂੰ ਕਹਿੰਦੇ ਵੀ ਤਲਾਸ਼ੀ ਲਓ ਇਹਦੀ, ਤਲਾਸ਼ੀ ਲਈ ਤਾਂ ਉਹਦੇ ਜੇਬ 'ਚੋਂ 1200 ਰੁਪਈਆ ਨਿਕਲਿਆ। ਪੁਲਿਸ ਵਾਲੇ ਨੇ ਉਹਨੂੰ 1200 ਰੁਪਏ ਦਿੱਤਾ ਅਤੇ ਮੁੰਡਿਆਂ ਨੂੰ ਥਾਣੇ, ਕਹਿੰਦੇ ਵੀ ਅਗਲੇ ਸਟੇਸ਼ਨ 'ਤੇ ਚਲੋ ਥਾਣੇ ਚਲੋ। ਸੋ ਕਈ ਵਾਰੀ ਬੰਦਾ ਜਿਹੜੀ ਗਲਤੀ ਦੂਜੇ 'ਤੇ ਥੋਪਦਾ ਨਾ, ਉਹਨੂੰ ਉਲਟੀ ਵੀ ਪੈ ਜਾਂਦੀ ਹੈ। ਚਲੋ ਖੈਰ, ਮੁੱਕਦੀ ਗੱਲ ਇਹ ਹੈ ਜੀ, ਇੱਥੇ ਗਲਤੀ ਮੰਨੀਏ ਤਾਂ ਬੰਦਾ ਗਲਤੀਆਂ ਤੋਂ ਜ਼ਰੂਰ ਸਿੱਖਦਾ, ਜੇ ਗਲਤੀ ਮੰਨੋ ਹੀ ਨਾ ਤਾਂ ਫਿਰ ਸਵਾਹ ਸਿੱਖਣਾ ਜੀ। ਚਲੋ ਖੈਰ, ਅਗਲੀ ਜਿਹੜੀ ਹੈ ਸੁਖੀ ਘੁੰਮਣ ਸਾਹਿਬ ਬੇਕਰਜ਼ ਫੀਲਡ ਤੋਂ, ਕਾਫੀ ਨਾਮਵਾਰ ਹੈਗੇ ਨੇ, ਵੈਸੇ ਪੋਲੀਟੀਕਲ ਵੀ ਪੈਰ ਰੱਖਦੇ ਨੇ, ਪਰ ਇਹਨਾਂ ਨੇ ਸਵਾਲ ਪੋਲੀਟੀਕਲੀ ਪੁੱਛਿਆ। ਇਹ ਕਹਿੰਦੇ ਵੀ ਪੰਜਾਬ ਦੇ ਲੀਡਰਾਂ ਅਤੇ ਬਾਬਿਆਂ ਵਿੱਚ ਕੀ ਫਰਕ ਹੈ, ਲੀਡਰਾਂ ਦੇ ਬਾਬਿਆਂ 'ਚ ਕੀ ਫਰਕ ਹੈ? ਮੇਰੇ ਖਿਆਲ 'ਚ ਤਾਂ ਜੀ ਕੋਈ ਫਰਕ ਨਹੀਂ ਜੀ ਲੀਡਰਾਂ ਦੇ ਬਾਬਿਆਂ 'ਚ। ਇੱਕ ਸ਼ੇਅਰ ਹੈ ਮੇਰੇ ਕੋਲ ਛੋਟਾ ਜਿਹਾ ਦੋਹਾਂ ਬਾਰੇ, ਮੇਰੇ ਖਿਆਲ ਉਹ ਮੈਂ ਤੁਹਾਨੂੰ ਸੁਣਾ ਦਿੰਦਾ ਅਤੇ ਸਾਰੇ ਜਵਾਬ ਤੁਹਾਨੂੰ ਇਸੇ ਸ਼ੇਅਰ 'ਚੋਂ ਮਿਲ ਜਾਣੇ ਆ। ਕਹਿੰਦੇ ਜੀ ਆ ਬਾਬੇ ਅਤੇ ਲੀਡਰ ਦੋਨੋਂ, ਬਾਬੇ ਅਤੇ ਲੀਡਰ ਦੋਨੋਂ ਦੇਸ਼ ਨੂੰ ਡੋਲੂ ਵਾਂਗੂ ਮਾਂਜੀ ਜਾਂਦੇ ਨੇ, ਬਾਬੇ ਅਤੇ ਲੀਡਰ ਦੋਨੋਂ ਦੇਸ਼ ਨੂੰ ਡੋਲੂ ਵਾਂਗੂ ਮਾਂਜੀ ਜਾਂਦੇ ਨੇ। ਵਧੀਆ ਵਧੀਆ ਚੀਜ਼ਾਂ ਅਤੇ ਪੈਸਾ ਇਹ ਦੋਨੋਂ ਹੀ ਸਾਂਭੀ ਜਾਂਦੇ ਨੇ। ਇਹ ਪੰਜਾਬ ਨੂੰ ਛੱਜ ਵਿੱਚ ਪਾ ਕੇ ਛੱਟੀ ਜਾਂਦੇ ਆ, ਦੋਨੋਂ ਲੋਕਾਂ ਨੂੰ ਮੂਰਖ ਬਣਾ ਕੇ ਝੂਠ ਦੀ ਖੱਟੀ ਖਾਂਦੇ ਆ।
ਦੋਨੋਂ ਲੋਕਾਂ ਨੂੰ ਮੂਰਖ ਬਣਾ ਕੇ ਝੂਠ ਦੀ ਖੱਟੀ ਖਾਂਦੇ ਆ। ਬਿਲਕੁਲ ਸਹੀ ਲੈਣਾ ਜੀ, ਦੋਨਾਂ ਦਾ ਕੋਈ ਬਾਹਲਾ ਫਰਕ ਨਹੀਂ ਹੈਗਾ, ਦੋਨੋਂ ਹੀ ਇੱਕ ਦੂਜੇ 'ਤੇ ਨਿਰਭਰ ਨੇ। ਬਾਬੇ ਲੀਡਰਾਂ 'ਤੇ ਨਿਰਭਰ ਆ ਅਤੇ ਲੀਡਰ ਜਿਹੜੇ ਉਹ ਬਾਬਿਆਂ 'ਤੇ ਡਿਪੈਂਡੈਂਟ ਹੈਗੇ ਨੇ। ਸੋ ਕੋਈ ਬਾਹਲਾ ਫਰਕ ਨਹੀਂ, ਇਹ ਇੱਕੋ ਹੀ ਥੈਲੀ ਦੇ ਚੱਟੇ ਬੱਟੇ ਆਪਾਂ ਕਹਿ ਲਓ ਜਾਂ ਕਹਿ ਲਓ ਵੀ ਰਿਸ਼ਤੇਦਾਰੀ ਦੇ ਵਿੱਚੋਂ ਹੀ ਹੈਗੇ ਨੇ। ਚਲੋ ਖੈਰ, ਅਗਲਾ ਸਵਾਲ ਜਿਹੜਾ ਪੜ੍ਹਦੇ ਹਾਂ ਜੀ, ਕੁਲਵਿੰਦਰ ਕੌਰ ਬਰੈਂਪਟਨ ਤੋਂ, ਬਰੈਂਪਟਨ ਤੋਂ। ਹਾਂਜੀ, ਇਹ ਕਹਿੰਦੇ ਜੀ, ਅੱਜ ਕੱਲ੍ਹ ਦੇ ਬੱਚੇ ਆਪਣੇ ਦਿਮਾਗ ਤੋਂ ਕੰਮ ਨਹੀਂ ਲੈਂਦੇ, ਜਿੰਨਾ ਕੰਮ ਕਹਿ ਦਿਓ ਓਨਾ ਹੀ ਕੰਮ ਕਰਦੇ ਨੇ। ਬਿਲਕੁਲ ਸਹੀ ਗੱਲ ਹੈ ਜੀ ਤੁਹਾਡੀ, ਜਿੰਨਾ ਕੰਮ ਕਹਿ ਦਿਓ ਕਿ ਓਨਾ ਵੀ ਨਹੀਂ ਕਰਦੇ। ਅੱਜ ਕੱਲ੍ਹ ਮੱਤ ਮਾਰੀ ਪਈ ਇਹਨਾਂ ਦੀ ਫੋਨਾਂ ਨੇ। ਪੰਜਾਬ ਦੇ ਵਿੱਚ ਵੀ ਇਹੀ ਹਾਲ ਹੈ, ਇਧਰਲੇ ਮੁਲਕ ਦੇ ਵਿੱਚ ਇਹੀ ਹਾਲ ਹੈ, ਪਰ ਬੱਚੇ ਸਾਰੇ ਇੱਕੋ ਜਿਹੇ ਨਹੀਂ ਹੁੰਦੇ। ਬਹੁਤ ਸਾਰੇ ਬੱਚੇ ਐਸੇ ਹੈਗੇ ਆ ਜਿਹੜੇ ਨਿੱਕੇ ਹੁੰਦੇ ਹੀ ਸਾਰੇ ਘਰਦਿਆਂ ਦੀਆਂ ਟੈਨਸ਼ਨਾਂ, ਘਰ ਦੇ ਕੰਮ ਕਾਰ ਸਾਂਭ ਲੈਂਦੇ ਨੇ, ਘਰਦਿਆਂ ਨੂੰ ਕੋਈ ਟੈਨਸ਼ਨ ਨਹੀਂ ਹੁੰਦੀ, ਮਾਣ ਹੁੰਦਾ ਆਪਣੇ ਬੱਚਿਆਂ ਦਾ। ਅਤੇ ਕਈ ਬੱਚੇ ਇਹੋ ਜਿਹੇ ਹੁੰਦੇ ਜਿਨ੍ਹਾਂ ਨੂੰ ਡੱਲ ਕਹਿੰਦੇ, ਜਿਹਨੂੰ ਆਪਾਂ ਜਿਹਨਾਂ ਜਿਹੜੇ ਆਹ ਭੋਲੂ ਹੁੰਦਾ ਨਹੀਂ, ਗੁੱਲੂ ਸਿਰੇ ਦਾ ਉੱਲੂ, ਉੱਦਾਂ ਦੇ ਹੁੰਦੇ ਨੇ। ਇਹ ਗੁੱਲੂ ਸਿਰੇ ਦਾ ਉੱਲੂ ਪੰਜਾਬ ਦੇ ਵਿੱਚ ਸੀਗਾ, ਕੋਈ ਸਕੂਲੇ ਗਿਆ, ਇੱਕ ਬੂਟ ਚਿੱਟਾ ਪਾ ਗਿਆ, ਇੱਕ ਕਾਲਾ ਪਾ ਗਿਆ, ਇੱਕ ਬੂਟ ਚਿੱਟਾ ਇੱਕ ਕਾਲਾ। ਮਾਸਟਰ ਨੇ ਦੇਖਿਆ, ਮਾਸਟਰ ਬੜਾ ਹੈਰਾਨ ਗੱਲ ਸੁਣ, ਕਹਿੰਦਾ ਇਹ ਬੂਟ ਜਾ ਘਰ ਜਾ ਕੇ ਬੂਟ ਬਦਲ ਗਿਆ, ਇੱਕ ਚਿੱਟਾ ਪਾਇਆ ਕਾਲਾ ਪਾਇਆ ਜਾਂ ਬਦਲ ਗਿਆ। ਉਹ ਡੱਲ ਦਿਮਾਗ ਵਾਲਾ ਬੱਚਾ ਜਿਹੜਾ ਕਹਿੰਦਾ ਮਾਸਟਰ ਜੀ ਘਰੇ ਮੈਂ ਬਦਲ ਤੇ ਆਉਣਾ ਜੇ ਤੁਸੀਂ ਕਹਿੰਦੇ ਹੋ, ਪਰ ਘਰੇ ਵੀ ਇਹਦੇ ਨਾਲ ਦਾ ਹੀ ਪਿਆ। ਮਾਸਟਰ ਨੇ ਪਹਿਲਾਂ ਤਾਂ ਉਹਦੇ ਕੰਨ ਫੜਾਏ, ਫਿਰ ਉਹਨੂੰ ਸਮਝਾਇਆ ਆਰਾਮ ਨਾਲ ਵੀ ਜਿਹੜੇ ਘਰੇ ਪਏ ਨੇ ਨਾ ਉਹਨਾਂ ਦੇ ਵਿੱਚੋਂ ਇਹ ਤੋਂ ਚਿੱਟਾ ਲਾ ਕੇ ਜਿਹੜਾ ਚਿੱਟਾ ਘਰੇ ਪਿਆ ਉਹਦੇ ਨਾਲ ਰੱਖ ਦੇ, ਅਤੇ ਕਾਲਾ ਜਿਹੜਾ ਘਰੇ ਪਿਆ ਉਹ ਪਾ ਕੇ ਆ ਜਾ, ਅਤੇ ਅੱਗੇ ਤੋਂ ਇੱਦਾਂ ਹੀ ਪਾਉਣੇ, ਅੱਡ ਅੱਡ ਰੱਖਣੇ ਆ, ਉਹ ਨਹੀਂ ਪਾਉਣੇ। ਉਹ ਅੱਛਾ ਜੀ, ਕਹਿੰਦਾ ਮਾਸਟਰ ਜੀ ਇੱਦਾਂ ਹੀ ਕਰੂੰਗਾ ਅੱਗੇ ਤੋਂ। ਸੋ ਬੱਚੇ ਜਿਹੜੇ ਹੈਗੇ ਨੇ ਜੀ, ਬੱਚੇ ਕਹਿੰਦੇ ਹੈ ਮੰਨ ਕੇ ਸੱਚੇ ਹੁੰਦੇ, ਪਰ ਅੱਜ ਕੱਲ੍ਹ ਦੇ ਬੱਚੇ ਬਹੁਤ ਤੇਜ਼ ਆ, ਬਹੁਤ ਤੇਜ਼ ਆ, ਬਹੁਤ ਤੇਜ਼ ਆ। ਔਰ ਬੱਚੇ ਅਗਰ ਗੱਲ ਕਹੀਏ, ਕੁਛ ਸਿਆਣੀ ਗੱਲ ਕਹੀਏ, ਤਾਂ ਅੱਗਿਓਂ ਅੱਜ ਕੱਲ੍ਹ ਇਹ ਵੀ ਕਹਿੰਦੇ ਵੀ ਨਹੀਂ ਬਾਪੂ ਤੈਨੂੰ ਕੀ ਪਤਾ, ਤੂੰ ਪੁਰਾਣੇ ਸਮੇਂ ਦੀਆਂ ਗੱਲਾਂ ਕਰਨਾ। ਸੋ ਅੱਜ ਦਾ ਵਿਸ਼ਾ ਜਿਹੜਾ ਉਹ ਵੀ ਇੱਦਾਂ ਕਦਾ ਹੀ ਆ ਕੁਛ, ਇਹ ਵਿਸ਼ਾ ਇੱਦਾਂ ਦਾ ਹੈਗਾ, ਪਰ ਬਹੁਤ ਟਚਿੰਗ ਵਿਸ਼ਾ, ਬਹੁਤ ਸੱਚੀ ਕਹਾਣੀ ਮੈਨੂੰ ਕਿਸੇ ਨੇ ਦੱਸੀ ਫੋਨ 'ਤੇ। ਮੈਂ ਚਾਹੁੰਦਾ ਨਹੀਂ ਸੀ ਇੱਦਾਂ ਗੱਲ ਕਰਾਂ, ਪਰ ਉਹਨਾਂ ਨੇ ਕਿਹਾ ਬੇਸ਼ੱਕ ਮੇਰਾ ਨਾਮ ਲੈ ਕੇ ਤੂੰ ਕਹਿ ਦੀ ਵੀ ਆਹ ਗੱਲ ਮੈਂ ਕਹੀ ਆ, ਜਿਹਨੇ ਸਵਾਲ ਕਰਨਾ ਮੈਨੂੰ ਕਰੇ, ਬੇਸ਼ੱਕ ਮੇਰਾ ਫੋਨ ਨੰਬਰ ਦੇ ਦੀ। ਮੈਂ ਕਹਿੰਦਾ ਜੀ ਇੱਦਾਂ ਦਾ ਆਪਾਂ ਕਾਹਨੂੰ ਕਰਨੀ, ਆਪਾਂ ਗੱਲਬਾਤ ਜਿਹੜੀ ਹੈ ਇੱਕ ਸਾਡੀ ਇਹ ਵੀ ਇੱਕ ਸੱਥ ਹੈਗੀ ਆ, ਸੱਥ ਦੇ ਵਿੱਚ ਗੱਲ ਰੱਖਾਂਗੇ, ਸਾਡੇ ਦਰਸ਼ਕਾਂ ਅੱਗੇ ਗੱਲ ਰੱਖਾਂਗੇ, ਕੋਈ ਨਾ ਕੋਈ ਵਧੀਆ ਗੱਲ ਜਿਹੜੀ ਚੰਗੀ ਗੱਲ ਹੈ ਉਹ ਦਰਸ਼ਕਾਂ ਕੋਲੋਂ ਜ਼ਰੂਰ ਮਿਲ ਜਾਏਗੀ, ਕੋਈ ਨਾ ਕੋਈ ਹੱਲ ਜਿਹੜਾ ਇਹੋ ਜਿਹੀਆਂ ਗੱਲਾਂ ਦਾ ਹੁੰਦਾ ਔਰ ਜਿਹੜੀ ਹੈ ਸਾਡੇ ਦਰਸ਼ਕਾਂ ਕੋਲੋਂ ਉਹ ਹੱਲ ਵੀ ਜ਼ਰੂਰ ਮਿਲ ਜਾਂਦਾ, ਕਿਉਂਕਿ ਗੱਲ ਕਰਾਂਗੇ ਅਤੇ ਗੱਲਾਂ 'ਚੋਂ ਹੱਲ ਨਿਕਲਦਾ। ਫਿਲਹਾਲ ਦੇਖ ਲੈਂਦੇ ਜੀ ਬ੍ਰੇਕ ਤੋਂ ਬਾਅਦ, ਫਿਰ ਤੁਹਾਡੀਆਂ ਕਾਲਾਂ ਦਾ ਸਿਲਸਿਲਾ ਸ਼ੁਰੂ ਕਰਾਂਗੇ ਨਾਲ ਦੀ ਨਾਲ, ਦੇਖਦੇ ਰਹੋ ਜਸ ਪੰਜਾਬੀ। ਜੀ ਬ੍ਰੇਕ ਤੋਂ ਬਾਅਦ ਹਾਜ਼ਰ ਹਾਂ ਅਤੇ ਵਿਸ਼ੇ ਵੱਲ ਚੱਲਦੇ ਹਾਂ। ਵਿਸ਼ਾ ਅੱਜ ਦਾ ਇਹ ਹੈ, ਮੈਂ ਥੋੜ੍ਹੇ ਜਿਹੇ ਪਿੱਛੇ ਸ਼ੁਰੂ ਕਰਦਾ ਫਲੈਸ਼ਬੈਕ ਤੋਂ। ਪਹਿਲੇ ਸਮਿਆਂ ਦੇ ਵਿੱਚ ਪੰਜਾਬ ਦੀ ਗੱਲ ਕਰੀਏ ਤਾਂ ਲੇਡੀਜ਼ ਜਿਹੜੀਆਂ ਉਹ ਬਾਹਰ ਕੰਮ ਨਹੀਂ ਕਰਦੀਆਂ ਸੀ, ਘਰਾਂ ਦੇ ਕੰਮ ਕਰਦੀਆਂ ਸੀ। ਲਗਭਗ ਘਰ ਦੇ ਵਿੱਚ ਜੇ 6-7 ਨੂੰਹਾਂ ਵੀ ਹੈਗੀਆਂ ਤਾਂ 6-7 ਦੀਆਂ 6-7 ਨੂੰਹਾਂ ਘਰੇ ਕੰਮ ਕਰਦੀਆਂ ਸੀ, ਘਰ ਦੇ ਸਾਰੇ ਕੰਮ ਕਰਦੀਆਂ ਸੀ। ਨੌਕਰੀ ਪੇਸ਼ੇ ਦਾ ਕੰਮ ਉਦੋਂ ਨਹੀਂ ਸੀ ਹੁੰਦਾ, ਉਦੋਂ ਫਿਰ ਇਹ ਹੁੰਦਾ ਸੀਗਾ ਵੀ ਘਰ ਦੇ ਵਿੱਚ ਬਜ਼ੁਰਗ ਦੀ ਚੱਲਦੀ ਸੀਗੀ, ਜਿਵੇਂ ਬਜ਼ੁਰਗ ਕਹਿੰਦਾ ਸੀਗਾ ਉਵੇਂ ਉਹਦੀ ਮੰਨੀ ਜਾਂਦੀ ਸੀ, ਅਤੇ ਉਸ ਤੋਂ ਬਾਅਦ ਜਿਹੜਾ ਬਜ਼ੁਰਗ ਤੋਂ ਬਾਅਦ ਵੱਡਾ ਘਰ ਦਾ ਕੋਈ ਵੀ ਬੰਦਾ ਜਿਹੜਾ ਹੁੰਦਾ ਸੀ ਫਿਰ ਉਹਦੀ ਮੰਨੀ ਜਾਂਦੀ ਸੀ, ਅਤੇ ਰੂਟੀਨ ਜਿਹੜੀ ਵਧੀਆ ਚੱਲੀ ਜਾਂਦੀ ਸੀ, ਕੋਈ ਬਾਹਲੀ ਲੜਾਈ ਝਗੜੇ ਨਹੀਂ ਸੀ ਹੁੰਦੇ। ਕੁਛ ਕੁਛ ਘਰਾਂ ਦੇ ਵਿੱਚ ਜ਼ਮੀਨਾਂ ਪਿੱਛੇ ਜ਼ਰੂਰ ਪੰਗਾ ਪੁੰਗਾ ਪੈ ਜਾਂਦਾ ਸੀਗਾ ਸ਼ਰੀਕਿਆਂ ਦੇ ਵਿੱਚ, ਪਰ ਉਦੋਂ ਸਮਾਜ ਚੰਗਾ ਹੁੰਦਾ ਸੀ। ਫਿਰ ਜਿਉਂ ਜਿਉਂ ਪੜ੍ਹਾਈ ਲਿਖਾਈ ਆਈ, ਕੁੜੀਆਂ ਨੇ ਲੇਡੀਜ਼ ਨੇ ਪੜ੍ਹਨਾ ਸ਼ੁਰੂ ਕੀਤਾ, ਫਿਰ ਹੌਲੀ ਹੌਲੀ ਕੁਛ ਇੱਕ ਮਜਬੂਰੀਆਂ ਬਣ ਗਈਆਂ ਅਤੇ ਕੁਛ ਇੱਕ ਦਾ ਇਹ ਨੇਚਰ ਬਣ ਗਈ, ਕੁਛ ਇੱਕ ਦੀ ਆਦਤ ਬਣ ਗਈ, ਕੁਛ ਇੱਕ ਦੀਆਂ ਮਜਬੂਰੀਆਂ ਬਣ ਗਈਆਂ ਕਿ ਉਹ ਮਾਂ ਬਾਪ ਜਿਹੜੇ ਹੈਗੇ ਨੇ ਉਹਨਾਂ ਨੂੰ ਜਾਂ ਤਾਂ ਛੱਡਦੇ ਨੇ ਕਿਤੇ, ਜਾਂ ਫਿਰ ਉਹਨਾਂ ਨੂੰ ਕੇਅਰ ਨਹੀਂ ਕਰਦੇ। ਬਹੁਤ ਬੁਰਾ ਹਾਲ ਪੰਜਾਬ ਦੀ ਅਗਰ ਗੱਲ ਕਰੀਏ ਤਾਂ, ਪੰਜਾਬ ਦੇ ਵਿੱਚ ਵੀ ਇਹੋ ਜਿਹੀਆਂ ਹਜ਼ਾਰਾਂ ਸਟੋਰੀਆਂ ਹੈਗੀਆਂ ਨੇ। ਅਪਰਾਭਾ ਆਸਰਾ ਵਾਲੇ ਆਏ ਸੀ, ਉਹਨਾਂ ਨੇ ਇਹੋ ਜਿਹੀਆਂ ਸਟੋਰੀਆਂ ਔਨ ਦਾ ਏਅਰ ਵੀ ਦੱਸੀਆਂ, ਔਫ ਦਾ ਏਅਰ ਵੀ ਇਹੋ ਜਿਹੀਆਂ ਸਟੋਰੀਆਂ ਦੱਸੀਆਂ, ਇਹੋ ਜਿਹੀਆਂ ਕਹਾਣੀਆਂ ਦੱਸੀਆਂ ਸਾਡੇ ਪੰਜਾਬ ਦੀਆਂ, ਸਾਡੇ ਉਸ ਪੰਜਾਬ ਦੀਆਂ ਜਿੱਥੇ ਸਤਿਕਾਰ ਕਰਨਾ ਸਿਖਾਇਆ ਜਾਂਦਾ। ਇਹੋ ਜਿਹੀਆਂ ਕਹਾਣੀਆਂ ਸੁਣ ਕੇ ਲੂੰ ਕੰਡੇ ਖੜ੍ਹੇ ਹੋ ਗਏ, ਬਹੁਤ ਵੀ ਬਜ਼ੁਰਗ ਨੂੰ
ਛੱਡ ਕੇ ਛੱਡ ਜਾਂਦੇ ਨੇ, ਬਾਹਰ ਬਿਠਾ ਜਾਂਦੇ ਨੇ, ਉਹ ਚਿਰੇ ਚੱਕ ਕੇ ਲਿਆਉਂਦੇ ਹਾਂ, ਬਿਮਾਰ ਹੁੰਦੇ ਨੇ ਉਹਨਾਂ ਨੂੰ ਟੇਕ ਕੇਅਰ ਕਰਨ ਦੀ ਗੱਲ ਤਾਂ ਦੂਰ ਦੀ ਗੱਲ ਹੈ। ਜਦੋਂ ਸਾਨੂੰ ਦੱਸਦਾ ਬਜ਼ੁਰਗ, ਮੇਰਾ ਆਹ ਪਿੰਡ ਹੈ ਅਤੇ ਆਹ ਮੇਰੇ ਨਿਆਣੇ, ਅਸੀਂ ਫੋਨ ਕਰਦੇ ਕਹਿੰਦੇ ਨਹੀਂ ਜੀ ਸਾਡਾ ਬਜ਼ੁਰਗ ਹੀ ਨਹੀਂ, ਇਹ ਬੁੜਾ ਹੀ ਨਹੀਂ ਸਾਡਾ, ਇਹ ਤੁਸੀਂ ਬਾਪੂ ਦੀ ਗੱਲ ਕਰਦੇ, ਇਹਨਾਂ ਨੂੰ ਜਾਣਦੇ ਵੀ ਨਹੀਂ ਹੈ। ਉਹਨਾਂ ਨੇ ਇੱਕ ਸਟੋਰੀ ਦੱਸੀ, ਮੋਹਾਲੀ ਨੇੜੇ ਸੀਗੀ, ਉਹ ਕਹਿੰਦੇ ਵੀ ਅਸੀਂ ਬੜਾ ਉਹਨਾਂ ਨੂੰ ਕਿਹਾ ਵੀ, ਉਹ ਕਹਿੰਦੇ ਵੀ ਨਹੀਂ ਜੀ ਸਾਡੇ ਨਹੀਂ ਹੈਗੇ, ਸਾਡੇ ਨਹੀਂ ਹੈਗੇ, ਸਾਡੇ ਨਹੀਂ, ਇਹ ਕਰਦੇ ਕਰਾਉਂਦੇ। ਅਖੀਰ ਉਹਦੀ ਜਦੋਂ ਡੈਥ ਹੋ ਗਈ ਬਜ਼ੁਰਗ ਦੀ, ਜਦੋਂ ਬਿਮਾਰ ਸੀ ਜ਼ਿਆਦਾ ਉਦੋਂ ਫੋਨ ਕੀਤਾ, ਬਿਮਾਰ ਬਹੁਤ ਹੈ ਤੁਹਾਨੂੰ ਮਿਲਣਾ ਚਾਹੁੰਦਾ, ਇੱਕ ਵਾਰੀ ਮਿਲ ਲਓ, ਤਾਂ ਉਹ ਤਦ ਵੀ ਨਹੀਂ ਕਹਿੰਦੇ, ਮੰਨੇ ਕਰਦੇ ਉਹਦੇ ਨਿਆਣੇ ਜਿਹੜੇ ਸੀ। ਅਖੀਰ ਜਦੋਂ ਨਹੀਂ ਆਏ ਤਾਂ ਉਹਦੀ ਬਜ਼ੁਰਗ ਦੀ ਡੈਥ ਹੋ ਜਾਂਦੀ ਹੈ, ਤਾਂ ਫਿਰ ਉਹ ਫੋਨ ਕਰਦੇ ਨੇ ਜੀ ਤੁਹਾਡੇ ਜਿਹੜੀ ਬਜ਼ੁਰਗ ਦੀ ਗੱਲ ਹੈਗੀ, ਤੁਸੀਂ ਜਿਹਨੂੰ ਮੰਨਦੇ ਨਹੀਂ, ਉਹਨਾਂ ਦੀ ਡੈਥ ਹੋ ਗਈ ਹੈ, ਤੁਸੀਂ ਲੈ ਕੇ ਜਾਣੀ ਬੋਡੀ ਕਿ ਅਸੀਂ ਸੰਸਕਾਰ ਕਰ ਦਈਏ। ਅਤੇ ਉਦੋਂ ਫਿਰ ਉਹ ਭੱਜੇ ਆਏ, ਭੱਜੇ ਕਹਿੰਦੇ ਕਹਿੰਦੇ ਨਹੀਂ ਜੀ ਨਹੀਂ ਨਹੀਂ ਨਹੀਂ, ਉਹ ਕਹਿੰਦੇ ਵੀ ਹੁਣ ਕਿਉਂ ਆਏ ਹੋ, ਪਹਿਲਾਂ ਕਿਹਨੂੰ ਪੁੱਛਿਆ? ਫਿਰ ਵਿੱਚੋਂ ਇੱਕ ਨੇ ਦੱਸਿਆ, ਜਿਹੜਾ ਕੋਈ ਸਿਆਣਾ ਜਵਾਕ ਸੀ, ਮੇਰੀ ਤਾਂ ਗੱਲ ਸੁਣਦੇ ਨਹੀਂ ਸੀ, ਕਹਿੰਦਾ ਇਹ, ਉਹਨੇ ਦੱਸਿਆ ਜੀ ਪ੍ਰੋਪਰਟੀ ਦਾ ਚੱਕਰ ਹੈ ਵੀ ਉਹਦੇ ਡੈਥ ਸਰਟੀਫਿਕੇਟ ਤੋਂ ਬਿਨਾਂ ਪ੍ਰੋਪਰਟੀ ਨਹੀਂ ਮਿਲਣੀ। ਇਹ ਸਾਡੇ ਰਿਸ਼ਤੇ ਅੱਜ ਦੇ ਜ਼ਮਾਨੇ ਦੇ ਹੈਗੇ ਨੇ ਜਿਨ੍ਹਾਂ ਦੀ ਮੈਂ ਗੱਲ ਕਰਨੀ ਹੈ। ਹੁਣ ਗੱਲ ਕਰੀਏ ਇੱਧਰਲੇ ਮੁਲਕਾਂ ਦੀ, ਗੱਲ ਕਰਦੇ ਆ ਜਾਂਦੇ, ਮੈਨੂੰ ਦੋ ਫੋਨ ਆਏ, ਇੱਕ ਫੋਨ ਕੈਨੇਡਾ ਤੋਂ ਸੀ, ਇੱਕ ਅਮੈਰੀਕਾ ਤੋਂ। ਸੋ ਲੱਗਿਆ ਕਿ ਦੋਹਾਂ ਮੁਲਕਾਂ ਦੀ ਸਟੋਰੀ ਸੇਮ ਹੈ। ਸਾਡੀ ਪੰਜਾਬੀਆਂ ਦੀ ਗੱਲ ਕਰੀਏ, ਔਰ ਇਹ ਚੀਜ਼ ਸਾਰਿਆਂ ਵਾਸਤੇ ਨਹੀਂ ਹੈਗੀ, ਬਹੁਤ ਸਾਰੇ ਲੋਕ ਇਹੋ ਜਿਹੇ ਨੇ, ਬਹੁਤ ਸਾਰੇ ਬਜ਼ੁਰਗ ਇਹੋ ਜਿਹੇ ਨੇ ਜਿਹੜਾ ਬੜਾ ਰਾਜ ਕਰਦੇ ਨੇ, ਬੜਾ ਮਾਣ ਕਰਦੇ ਨੇ। ਪੰਜਾਬ ਦੀ ਗੱਲ ਕਰੀਏ, ਬਹੁਤ ਸਾਰੇ ਬੱਚੇ ਇੰਨੇ ਜ਼ਿਆਦਾ ਵਧੀਆ ਨੇ, ਜਿਹੜੇ ਮਾਂ ਬਾਪ ਦਾ ਇੰਨਾ ਧਿਆਨ ਰੱਖਦੇ ਨੇ, ਇੰਨਾ ਜ਼ਿਆਦਾ ਧਿਆਨ ਰੱਖਦੇ ਨੇ ਕਿ ਮਾਂ ਬਾਪ ਰੱਬ ਦਾ ਸ਼ੁਕਰ ਕਰਦੇ ਨੇ ਵੀ ਸਾਨੂੰ ਸਰਵਣ ਪੁੱਤ ਦਿੱਤਾ। ਉਹ ਜਿੱਥੇ ਸਰਵਣ ਪੁੱਤ ਹੈਗੇ ਨੇ, ਉੱਥੇ ਫਿਰ ਦੂਜੇ ਵੀ ਹੈਗੇ ਨੇ ਜਿਨ੍ਹਾਂ ਦੀ ਅਸੀਂ ਗੱਲ ਕਰਨੀ ਹੈ। ਗੱਲ ਮੁੱਕਦੀ ਇਹ ਹੈ ਜੀ, ਫੋਨ ਇਹ ਆਇਆ ਕਿ ਤੁਸੀਂ ਇਹ ਵਿਸ਼ਾ ਰੱਖੋ, ਤੁਸੀਂ ਲੋਕਾਂ ਨੂੰ ਪੁੱਛੋ, ਤੁਸੀਂ ਲੋਕਾਂ ਨੂੰ ਇਹ ਪੁੱਛੋ ਵਾਕਿਆ ਹੋਰ ਵੀ ਕੋਈ ਹੈਗੇ ਜਾਂ ਇਹ ਸਾਡੇ ਨਾਲ ਹੀ ਹੈਗੇ ਆ। ਅਮੈਰੀਕਾ ਵਾਲੇ ਜਿਹੜੇ ਆਂਟੀ ਜੀ ਸੀਗੇ, ਉਹ ਕਹਿੰਦੀ ਬੇਸ਼ੱਕ ਮੇਰਾ ਨਾਲ ਹੈ ਦੀ, ਮੇਰਾ ਫੋਨ ਨੰਬਰ ਦੇ ਦੀ, ਮੈਨੂੰ ਕੋਈ ਡਰ ਨਹੀਂ ਆਪਦੇ ਨਿਆਣਿਆਂ ਦਾ। ਵਿਸ਼ਾ ਇਹ ਹੈ ਕਿ ਇੱਧਰਲੇ ਮੁਲਕਾਂ ਦੇ ਵਿੱਚ ਇੱਕ ਪਤਾ ਨਹੀਂ ਹੌਲੀ ਹੌਲੀ ਟਾਈਮ ਪੈਣ ਦੇ ਨਾਲ ਜਾਂ ਸਾਡਾ ਖੂਨ ਚਿੱਟਾ ਹੋ ਗਿਆ, ਰਿਸ਼ਤੇ ਮਤਲਬੀ ਹੋ ਗਏ, ਮਤਲਬ ਦੀ ਤੋਂ ਭਾਵ ਇਹ ਹੈ ਕਿ ਮੰਮੀ ਡੈਡੀ ਨੂੰ ਜਾਂ ਜਿਹੜਾ ਇੰਡੀਆ ਤੋਂ ਬੇਬੇ ਬਾਪੂ ਨੂੰ ਉਦੋਂ ਜ਼ਰੂਰਤ ਪੈਂਦੀ ਹੈ, ਉਦੋਂ ਮੰਗਵਾਉਣ ਬਾਰੇ ਸੋਚਦੇ ਆ, ਉਦੋਂ ਗੱਲ ਕਰਦੇ ਵੀ ਜਦੋਂ ਨਿਆਣਾ ਹੋਣ ਵਾਲਾ ਹੁੰਦਾ, ਜਵਾਕ ਹੋਣ ਵਾਲਾ ਹੁੰਦਾ, ਵੀ ਸਾਂਭੂ ਕੌਣ ਮਗਰੋਂ ਆਪਾਂ ਤਾਂ ਕੰਮ 'ਤੇ ਚੱਲ ਜਾਣਾ। ਬਹੁਤ ਸਾਰੇ ਅਸੀਂ ਫਰਿੱਜ ਨੂੰ ਵੀ ਗਏ, ਪਾਰਕ ਦੇ ਵਿੱਚ ਕੀਤੀਆਂ ਬਜ਼ੁਰਗਾਂ ਨਾਲ ਗੱਲਾਂ, ਉਹ ਸਾਰੇ ਕਹਿੰਦੇ ਭਰਾ ਇੱਧਰ ਤਾਂ ਆਹ ਹੀ ਆ ਜੀ, ਨਿਆਣਿਆਂ ਦੇ ਪੋਤਲੇ ਬਦਲੋ, ਨਿਆਣਿਆਂ ਦੇ ਜਿਹੜੇ ਡੈਪਰ ਬਦਲੋ, ਨਿਆਣਿਆਂ ਨੂੰ ਦੁੱਧ ਪਿਲਾ ਦਿਓ, ਅਤੇ ਇਹੀ ਕੰਮ ਕਰਨਾ ਪੈਂਦਾ। ਅਤੇ ਉਹਨੂੰ ਅਸੀਂ ਕਿਹਾ ਵੀ ਨਿਆਣੇ ਤੁਹਾਡੇ ਹੀ ਆ, ਬਜ਼ੁਰਗ ਨੂੰ ਜਦੋਂ ਮੈਂ ਕਿਹਾ ਵੀ ਨਿਆਣੇ ਤੁਹਾਡੇ ਹੀ ਆ ਨਾ, ਪੋਤੇ ਆ ਤੁਹਾਡੇ ਜਾਂ ਪੋਤੀਆਂ ਹੋਣਗੀਆਂ, ਉਹ ਕਹਿੰਦੇ ਵੀ ਇਹ ਪੋਤੇ ਪੋਤੀਆਂ ਦੀ ਗੱਲ ਨਹੀਂ, ਉਹ ਤਾਂ ਹੈਗੇ ਆ, ਉਹ ਤਾਂ ਸਾਡੇ ਜ਼ਿਕਰ ਦੇ ਟੁਕੜੇ ਨੇ, ਪਰ ਸਾਨੂੰ ਟ੍ਰੀਟ ਇਸ ਤਰ੍ਹਾਂ ਕੀਤਾ ਜਾਂਦਾ, ਸਾਨੂੰ ਲੱਗਣ ਇਹ ਲੱਗ ਪੈਂਦਾ ਵੀ ਸਾਨੂੰ ਸਿਰਫ ਇੱਧਰ ਇਸੇ ਕੰਮ ਵਾਸਤੇ ਲਿਆਂਦਾ ਗਿਆ। ਬਹੁਤ ਸਾਰੇ ਬਜ਼ੁਰਗ ਮਿਲੇ, ਬਹੁਤ ਸਾਰੇ ਟੀ ਵੀ ਦੇ ਰਿਕਾਰਡ ਵੀ ਅਸੀਂ ਕੀਤੇ, ਅਸੀਂ ਤੁਹਾਨੂੰ ਦਿਖਾਏ ਵੀ ਸੀਗੇ। ਹੁਣ ਜਿਹੜੀ ਗੱਲ ਉਹ ਹੈਗੀ ਵੀ ਕਹਿੰਦੇ ਵੀ ਅਸੀਂ, ਉਹਨਾਂ ਦੀ ਸਟੋਰੀ ਮੈਂ ਤੁਹਾਨੂੰ ਦੱਸਦਾ, ਅਸੀਂ ਇੰਡੀਆ ਤੋਂ ਆਏ ਪਹਿਲਾਂ, ਬਹੁਤ ਦੇਰ ਪਹਿਲਾਂ ਆਏ, ਬੱਚੇ ਇੱਧਰ ਵੱਡੇ ਹੋਏ, ਸਾਰਾ ਕੁਛ ਹੋਇਆ, ਹਵਾ ਤੋਂ ਬਾਅਦ ਅਸੀਂ ਆਪ ਘਰ ਲੈ ਲਿਆ, ਘਰ ਵੱਡਾ ਲੈ ਲਿਆ, ਬੱਚਿਆਂ ਦੇ ਵਿਆਹ ਵੀ ਕਰਤੇ, ਅਤੇ ਹੁਣ ਪੁਜੀਸ਼ਨ ਇਹ ਹੈ ਕਿ ਨਿਆਣੇ ਕਹਿੰਦੇ ਨੇ ਵੀ ਘਰ ਵੀ ਤੁਸੀਂ ਲਓ ਅਤੇ ਉਹਦੀਆਂ ਪੇਮੈਂਟਾਂ ਵੀ ਤੁਸੀਂ ਕਰੋ, ਪੇਮੈਂਟਾਂ ਕਰ ਦੀਆਂ ਤੁਸੀਂ ਲਓ, ਘਰ ਕਹਿੰਦੇ ਅਸੀਂ ਲੈ ਆ ਵੀ, ਉਹਨਾਂ ਨੂੰ ਹੁਣ ਕਿਹਾ ਵੀ ਤੁਸੀਂ ਕਮਾਉਂਦੇ ਹੋ, ਤੁਸੀਂ ਕਮਾਉਂਦੇ ਹੋ, ਹੁਣ ਪੇਮੈਂਟਾਂ ਕਰੋ ਘਰ ਦੀਆਂ ਮੋਰਗੇਜ ਦੀਆਂ। ਉਹ ਕਹਿੰਦੇ ਨਹੀਂ ਜੀ, ਸਾਨੂੰ ਫੋਰਸ ਕਰਦੇ ਨੇ ਬਈ ਜਾਂ ਘਰ ਦੀਆਂ ਪੇਮੈਂਟਾਂ ਕਰੋ ਵੀ ਜਿਹੜੀ ਸਾਡੀ ਪੈਨਸ਼ਨ ਮਿਲਦੀ, ਹੁਣ ਪੈਨਸ਼ਨ ਦੇ ਵਿੱਚੋਂ ਪੇਮੈਂਟਾਂ ਕਰਨ ਨੂੰ ਕਹਿੰਦੇ ਨੇ, ਜਿਹੜੀ ਕੋਈ ਇੱਧਰਲੇ ਮੁਲਕਾਂ ਦੇ ਵਿੱਚ ਹੋਣਾ ਸਿਸਟਮ ਜਿਹੜਾ ਰਿਟਾਇਰਮੈਂਟ ਤੋਂ ਬਾਅਦ ਮਿਲਦਾ। ਉਹ ਕਹਿੰਦੇ ਵੀ ਤੁਸੀਂ ਇਹ ਪੁੱਛੋ ਲੋਕਾਂ ਨੂੰ ਵੀ ਇਹ ਸਾਰੇ ਹੋਰ ਵੀ ਘਰਾਂ ਦੇ ਵਿੱਚ ਹੈ ਜਾਂ ਸਾਡੇ ਹੀ ਇਹ ਹੈ। ਅਤੇ ਮੈਂ ਕਿਹਾ ਵੀ ਚੰਗੀ ਗੱਲ ਹੈ, ਪੁੱਛ ਲੈਣੀ ਚਾਹੀਦੀ ਹੈ, ਮੁੱਖ ਦੀ ਗੱਲ ਤਾਂ ਇਹ ਆ ਜਾਂਦੀ ਹੈ ਕਿ ਬਜ਼ੁਰਗਾਂ ਦਾ ਇੱਧਰ ਸਤਿਕਾਰ ਜਿਹੜਾ ਅਸੀਂ ਕਿੰਨਾ ਕੁ ਕਰਦੇ ਹੈਗੇ, ਬਹੁਤ ਸਾਰੇ ਘਰਾਂ ਦੇ ਵਿੱਚ ਬਹੁਤ ਜ਼ਿਆਦਾ ਹੋਏਗਾ, ਪਰ ਬਹੁਤ ਸਾਰੇ ਲੋਕ ਐਸੇ ਵੀ ਹੋਣਗੇ ਜਿੱਦਾਂ ਇਹ ਕਹਾਣੀ ਦੱਸੀ ਹੈ, ਉਹਨਾਂ ਨੇ ਇਹੀ ਗੱਲ ਕਹੀ ਹੈ ਕਿ ਸਾਨੂੰ ਸਾਂਭਣ ਦੀ ਗੱਲ ਤਾਂ ਦੂਰ, ਸਾਨੂੰ ਜਿਹੜਾ ਹੈਗਾ ਸਾਡੇ ਕੋਲ ਦੋ ਚਾਰ ਪੈਸੇ ਹੈਗੇ ਉਹ ਵੀ ਕਹਿੰਦੇ ਨੇ ਤੁਸੀਂ ਸਾਨੂੰ ਦਿਓ, ਅਸੀਂ ਅਸੀਂ ਜਿਹੜੇ ਸਾਡੇ ਅਸੀਂ ਕਮਾਉਂਦੇ ਹਾਂ ਉਹ ਤਾਂ ਸਾਡੇ ਖਰਚੇ ਬਹੁਤ ਨੇ, ਅਕਸਰ ਜਵਾਕ ਕਹਿ ਤਾਂ ਸਾਡੇ ਖਰਚੇ ਬਹੁਤ ਨੇ, ਹੁਣ ਪਤਾ ਨਹੀਂ ਕਿਹੜੇ ਖਰਚੇ ਨੇ, ਪੇਮੈਂਟਾਂ ਦੇਣੀਆਂ ਨਹੀਂ, ਕੁਛ ਨਹੀਂ ਕਰਨਾ।
ਸੋ ਮੈਂ ਉਹਨਾਂ ਨੂੰ ਜੇ ਅੱਜ ਸੁਣਦੇ ਹੋਣਗੇ ਦੇਖਦੇ ਹੋਣਗੇ ਉਹ ਕਹਿੰਦੇ ਵੀ ਜਿੱਦਣ ਤੂੰ ਪ੍ਰੋਗਰਾਮ ਕੀਤਾ ਤਾਂ ਮੈਂ ਉਹਨਾਂ ਨੂੰ ਦੱਸਿਆ ਸੀ ਵੀ ਮੈਂ ਕਿਸੇ ਵੀ ਬੁੱਧਵਾਰ ਇਹ ਪ੍ਰੋਗਰਾਮ ਕਰੂੰਗਾ ਕਿਉਂਕਿ ਬੁੱਧਵਾਰ ਅਸੀਂ ਰਿਸ਼ਤੇ ਨਾਤੇ ਵਾਲੀ ਗੱਲ ਕਰੀਦੀ ਹੈ ਅਤੇ ਜੇ ਸੁਣਦੇ ਹੋਏ ਦੇਖਦੇ ਹੋਏ ਤਾਂ ਕਹਿੰਦੇ ਸੀ ਕਹਿੰਦੀ ਵੀ ਫੋਨ ਜ਼ਰੂਰ ਕਰੂੰਗੀ ਤੈਨੂੰ ਜੇ ਤੂੰ ਮੈਂ ਦੇਖਦੀ ਹੋਈ। ਸੋ ਇਹੋ ਜਿਹੇ ਰਿਸ਼ਤਿਆਂ ਦੀ ਅਸੀਂ ਗੱਲ ਕਰਨੀ ਆ ਇੱਧਰਲੇ ਮੁਲਕਾਂ ਦੇ ਵਿੱਚ ਕੀ ਕਾਰਨ ਲੱਗਦੇ ਆ, ਕਿਉਂ ਬਜ਼ੁਰਗਾਂ ਨੂੰ ਇਹ ਮਹਿਸੂਸ ਹੁੰਦਾ ਕਿ ਸਾਡੀ ਔਲਾਦ ਜਿਹੜੀ ਹੈ ਉਹ ਸਿਰਫ ਉਹਨਾਂ ਨੂੰ ਜਿੰਨੀ ਦੇਰ ਸਾਡਾ ਫਾਇਦਾ ਤਾਂ ਉੱਨੀ ਦੇਰ ਹੀ ਸਾਡਾ ਕੇਅਰ ਮਾੜਾ ਮੋਟਾ ਕਰਦੀ ਜਾਂ ਕੁਛ ਕਰਦੀ ਉੱਨੀ ਦੇਰ ਹੀ ਕਰਦੀ ਹੈ। ਔਰ ਪੰਜਾਬ ਦੀ ਜੇ ਗੱਲ ਕਰੀਏ ਪੰਜਾਬ ਦੇ ਜਿਹੜੇ ਬਿਰਧ ਆਸ਼ਰਮ ਆ, ਇੱਕ ਵੈਸੇ ਕਿਸੇ ਨੇ ਪੋਸਟ ਪਾਈ ਸੀਗੀ, ਕਿਸੇ ਕੁੜੀ ਨੇ ਪਹਿਲਾਂ ਪੋਸਟ ਪਾਈ ਕਿਸੇ ਕੁੜੀ ਨੇ ਵੀ ਜੇ ਮਾਂ ਬਾਪ ਨੂੰ ਰੱਖਣ ਦਾ ਹੱਕ ਕੁੜੀਆਂ ਨੂੰ ਮਿਲ ਜਾਏ ਤਾਂ ਪੰਜਾਬ ਦੇ ਵਿੱਚੋਂ ਜਾਂ ਭਾਰਤ ਦੇ ਵਿੱਚੋਂ ਬਿਰਧ ਆਸ਼ਰਮ ਖਤਮ ਹੋ ਜਾਣਗੇ। ਬੜੀ ਵਧੀਆ ਪੋਸਟ ਸੀ। ਵੈਸੇ ਕਿਹਾ ਵੀ ਇਹ ਜਾਂਦਾ ਕਿ ਪੁੱਤ ਵਡਾਉਣ ਜ਼ਮੀਨਾਂ ਧੀਆਂ ਦੁੱਖ ਵਡਾਉਣੀਆਂ ਨੇ, ਪਰ ਉੱਥੇ ਉਹਦੇ ਥੱਲੇ ਕਿਸੇ ਹੋਰ ਫਿਰ ਬੰਦੇ ਨੇ, ਸਿਆਣੇ ਬੰਦੇ ਨੇ ਪੋਸਟ ਪਾਈ ਲੱਗਦੀ ਸੀ ਵੀ ਜੇ ਨੂੰਹਾਂ ਘਰ ਆ ਕੇ ਉਹ ਆਪਣੀਆਂ ਸੱਸਾਂ ਨੂੰ ਮਾਵਾਂ ਸਮਝਣ ਲੱਗ ਪੈਣ ਬਿਰਧ ਆਸ਼ਰਮ ਤਾਂ ਵੀ ਨਹੀਂ ਹੁੰਦੇ। ਇੱਥੇ ਹੁਣ ਮੈਂ ਬਹੁਤ ਸਾਰੇ ਘਰ ਇਹੋ ਜਿਹੇ ਵੀ ਦੇਖੇ ਨੇ ਕਿ ਨੂੰਹਾਂ ਜਿਹੜੀਆਂ ਨੇ ਉਹ ਖਿਆਲ ਰੱਖਦੀਆਂ ਨੇ ਆਪਦੇ ਸੱਸ ਸਹੁਰੇ ਦਾ, ਮੁੰਡਾ ਉਹਨੂੰ ਰੋਕਦਾ ਨਹੀਂ ਛੱਡ ਹੁਣ ਇਹਨਾਂ ਨੂੰ ਕਾਹਨੂੰ, ਇਹਨਾਂ ਦਾ ਧਿਆਨ ਰੱਖਦੀਆਂ। ਤੋ ਕਈ ਨੂੰਹਾਂ ਇੰਨੀਆਂ ਸਿਆਣੀਆਂ ਨੇ ਉਹ ਕਹਿੰਦੇ ਨਹੀਂ ਮੇਰਾ ਫਰਜ਼ ਬਣਦਾ, ਸਾਡੇ ਬਜ਼ੁਰਗ ਨੇ, ਮੇਰੇ ਮਾਂ ਬਾਪ ਵਰਗੇ ਨੇ। ਸੋ ਇਹ ਚੀਜ਼ਾਂ ਇਹ ਅੱਜ ਡਿਸਕਸ ਕਰਨੀਆਂ ਆਪਾਂ ਬਜ਼ੁਰਗਾਂ ਬਾਰੇ, ਵਾਕਿਆ ਹੀ ਬਜ਼ੁਰਗਾਂ ਦਾ ਇਹ ਹਾਲਤ ਹੈਗੀ ਆ ਜਾਂ ਬੱਚਿਆਂ ਦੇ ਕੁਝ ਇੱਕ ਪਰਿਵਾਰਾਂ ਦੇ ਵਿੱਚ ਬੱਚਿਆਂ ਦੀ ਇਹ ਸੋਚ ਹੈਗੀ ਆ ਕਿ ਬੱਚੇ ਬਜ਼ੁਰਗਾਂ ਦੇ ਕੋਲ ਜਿਹੜਾ ਮਾੜਾ ਮੋਟਾ ਕੁਛ ਹੈਗਾ ਉਹ ਸਾਨੂੰ ਇੱਦਾਂ ਜੀਂਦੇ ਜੀ ਦੇ ਦੇਣ, ਮਰਨ ਤੋਂ ਬਾਅਦ ਪਤਾ ਨਹੀਂ ਕਿੱਥੇ ਲੁਕੋਏ ਹੋਣੇ ਅਤੇ ਖਜ਼ਾਨਾ ਕਿੱਥੇ ਦੱਬਿਆ ਹੋਣਾ। ਸੋ ਇਹ ਮੈਂ ਵਿਸ਼ਾ ਕਿਸੇ ਦਾ ਜਿਹੜਾ ਤੁਹਾਡੇ ਨਾਲ ਸਾਂਝਾ ਕਰ ਰਿਹਾ। ਬ੍ਰੇਕ ਤੋਂ ਬਾਅਦ ਇਹਦੀਆਂ ਕਾਲਾਂ ਜਿਹੜੀਆਂ ਲੈ ਕੇ ਉਹਦੇ ਬਾਰੇ ਗੱਲਬਾਤ ਆਪਾਂ ਕਰਾਂਗੇ ਤੁਹਾਡੇ ਕੋਲ। ਤੁਸੀਂ ਕਾਲ ਜਿਹੜਾ ਨੰਬਰ ਸਕਰੀਨ 'ਤੇ ਆ ਰਿਹਾ ਅਕਸਰ ਰੋਜ਼ ਕਾਲ ਕਰਦੇ ਹੋ ਉਹ 'ਤੇ ਕਾਲ ਕਰਕੇ ਬਜ਼ੁਰਗਾਂ ਦੇ ਸਤਿਕਾਰ ਦੀ ਅਸੀਂ ਗੱਲ ਕਰਨੀ ਹੈ। ਵਾਕਿਆ ਹੀ ਹੈ ਜਾਂ ਵਾਕਿਆ ਹੀ ਨਹੀਂ ਹੈ ਜਾਂ ਹੈ ਕਿਸੇ ਹੱਦ ਤੱਕ ਵੀ ਹੈ, ਬਹੁਤ ਘਰਾਂ ਦੇ ਵਿੱਚ ਹੈ, ਪਰ ਜੇ ਬਹੁਤ ਘਰਾਂ ਦੀ ਅਸੀਂ ਗੱਲ ਕਰਦੇ ਹਾਂ ਤਾਂ ਉਹਦੇ 'ਚ ਕਿੰਨੀ ਕੁ ਸੱਚਾਈ ਹੈਗੀ ਆ। ਤੁਹਾਡੇ ਨਹੀਂ ਹੋਏਗੀ, ਹੋ ਸਕਦਾ ਤੁਹਾਡੇ ਘਰ 'ਚ ਇਹ ਨਾ ਪ੍ਰੋਬਲਮ ਹੋਵੇ। ਕਹਿੰਦੇ ਵੀ ਜੇ ਲੱਗੀ ਜੇ ਤੇਰੇ ਕਲੇਜੇ ਛੁਰੀ ਨਹੀਂ ਹੈ ਤਾਂ ਇਹਦਾ ਮਤਲਬ ਇਹ ਨਹੀਂ ਕਿ ਸ਼ਹਿਰ ਦੀ ਹਾਲਤ ਬੁਰੀ ਨਹੀਂ ਹੈ, ਜੇ ਸਾਡੇ ਘਰ ਇਹ ਚੀਜ਼ਾਂ ਨਹੀਂ ਹੈ ਤਾਂ ਇਹਦਾ ਮਤਲਬ ਇਹ ਨਹੀਂ ਕਿ ਕਿਤੇ ਵੀ ਨਹੀਂ ਹੈਗੀਆਂ। ਪਰ ਜਿੱਥੇ ਹੈਗੀਆਂ ਨੇ ਤੁਹਾਡੇ ਆਂਢ ਗੁਆਂਢ ਕੋਈ ਰਿਸ਼ਤੇਦਾਰ ਦੋਸਤ ਮਿੱਤਰ ਦਾ ਨਿਆਣਾ ਇੱਦਾਂ ਕਰਦਾ ਹੋਊਗਾ ਤਾਂ ਉਹ ਅੱਜ ਡਿਸਕਸ ਕਰੋ। ਡਿਸਕਸ ਕਰਕੇ ਅਸੀਂ ਫਿਰ ਉਹਦਾ ਹੱਲ ਕੀ ਹੈ, ਕੀ ਕਰਨਾ ਚਾਹੀਦਾ ਇਸ ਹਾਲਾਤ ਦੇ ਵਿੱਚ ਸਾਡੇ ਇੱਧਰ ਰਹਿੰਦੇ ਬਾਹਰਲੇ ਮੁਲਕਾਂ ਦੇ ਵਿੱਚ ਰਹਿੰਦੇ ਬਜ਼ੁਰਗਾਂ ਨੂੰ, ਕੀ ਉਹਨਾਂ ਨੂੰ ਇਹ ਇਸ ਤਰ੍ਹਾਂ ਕਰਨਾ ਚਾਹੀਦਾ ਜਾਂ ਬਜ਼ੁਰਗਾਂ ਦਾ ਕੀ ਮਤਲਬ ਸਿੱਧੇ ਲਫ਼ਜ਼ਾਂ ਦੇ ਵਿੱਚ ਇਹ ਵਿਸ਼ਾ ਹੈਗਾ ਕਿ ਅਸੀਂ ਕੀ ਕਰਨਾ ਚਾਹੀਦਾ ਬਜ਼ੁਰਗਾਂ ਨੂੰ, ਬਜ਼ੁਰਗ ਇਹੋ ਜਿਹੇ ਹਾਲਾਤਾਂ ਦੇ ਵਿੱਚ ਕਿੱਥੇ ਜਾਣ, ਕੀ ਕਰਨ, ਨਾ ਕਰਨ। ਔਰ ਜੇ ਸੱਚੀ ਗੱਲ ਜਿਹੜੀ ਹੈਗੀ ਆ, ਅਸੀਂ ਇੱਕ ਵਾਰੀ ਕਿਤੇ ਫੋੜ ਕੇ ਦੇਖ ਲਓ ਬਜ਼ੁਰਗਾਂ ਨੂੰ ਤਾਸ਼ ਖੇਡਦੇ ਨੇ ਕਿਸੇ ਪਾਰਕ ਦੇ ਵਿੱਚ ਤਾਂ ਉਹ ਸਾਰਾ ਕੁਛ ਉੱਥੇ ਦੱਸਦੇ ਨੇ ਵੀ ਸਾਡੇ ਨਾਲ ਆਹ ਹੁੰਦੀ ਇੱਦਾਂ ਹੁੰਦੀ ਇੱਦਾਂ ਹੁੰਦੀ, ਜੋ ਕਿ ਸੁਣ ਕੇ ਚੰਗਾ ਨਹੀਂ ਲੱਗਦਾ। ਵੀ ਅਸੀਂ ਕਹਿੰਦੇ ਹਾਂ ਵੀ ਬਜ਼ੁਰਗਾਂ ਸਤਿਕਾਰ ਕਰਨਾ ਚਾਹੀਦਾ, ਬਜ਼ੁਰਗ ਸਾਡਾ ਵਿਰਸਾ ਨੇ, ਬਜ਼ੁਰਗਾਂ ਦੀਆਂ ਗੱਲਾਂ ਜਿਹੜੀਆਂ ਨੇ ਉਹ ਇੱਕ ਬਹੁਤ ਸਿੱਖ ਪਹਿਲਾਂ ਕਿਹੜਾ ਗੂਗਲ ਹੁੰਦੇ ਸੀ ਜਾਂ ਆਹ ਹੁੰਦੇ ਸੀ, ਉਦੋਂ ਬਜ਼ੁਰਗਾਂ ਕੋਲੋਂ ਸਿੱਖਦੇ ਸੀ ਸਾਰਾ ਕੁਛ। ਉਦੋਂ ਮੈਂ ਕਹਿੰਦਾ ਚੰਗਾ ਸੀ, ਹੁਣ ਗੂਗਲ ਬਾਕੀ ਸਾਰਾ ਕੁਛ ਸਿਖਾ ਦਿੰਦਾ, ਸੰਸਕਾਰ ਨਹੀਂ ਸਿਖਾਉਂਦਾ, ਇਹ ਇੱਜ਼ਤ ਕਰਨੀ ਨਹੀਂ ਸਿਖਾਉਂਦਾ ਕਿਸੇ ਦੀ ਗੂਗਲ, ਜਿਹੜੇ ਜਿੰਨਾ ਵੀ ਇੰਟਰਨੈਟ ਹੈਗਾ। ਸੋ ਇਹ ਇੱਕ ਮੈਂ ਬਜ਼ੁਰਗਾਂ ਦੇ ਹੱਕ ਵਿੱਚ ਅੱਜ ਦਾ ਪ੍ਰੋਗਰਾਮ ਜਿਹੜਾ ਉਹ ਰੱਖਣਾ ਚਾਹੂੰਗਾ। ਉਮੀਦ ਕਰਦਾ ਤੁਹਾਨੂੰ ਇਹ ਪ੍ਰੋਗਰਾਮ ਵਧੀਆ ਲੱਗੂਗਾ, ਤੁਸੀਂ ਇਸ ਪ੍ਰੋਗਰਾਮ ਦੇ ਵਿੱਚ ਵੀ ਵੱਧ ਚੜ ਕੇ ਸ਼ਮੂਲੀਅਤ ਕਰੋਗੇ ਕਾਲ ਕਰਕੇ। ਫਿਲਹਾਲ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਫਿਰ ਤੁਹਾਡੀਆਂ ਕਾਲਾਂ ਲਵਾਂਗੇ, ਦੇਖਦੇ ਰਹੋ ਜਸ ਪੰਜਾਬੀ। ਜੀ ਬ੍ਰੇਕ ਤੋਂ ਬਾਅਦ ਹਾਜ਼ਰ ਹੈ, ਗੱਲਬਾਤ ਅੱਜ ਬਜ਼ੁਰਗਾਂ ਦੀ ਚੱਲ ਰਹੀ, ਖਾਸ ਤੌਰ 'ਤੇ ਇੱਧਰਲੇ ਮੁਲਕਾਂ ਵਿੱਚ ਜਿਹੜੇ ਸਾਡੇ ਬਜ਼ੁਰਗ ਹੈਗੇ ਨੇ, ਬਹੁਤ ਸਾਰੇ ਬਹੁਤ ਵਧੀਆ ਦੇ ਤੇ, ਪਰ ਬਹੁਤ ਸਾਰਿਆਂ ਦਾ ਬੁਰਾ ਹਾਲ ਵੀ ਹੈਗਾ। ਸਾਰਾ ਕੁਛ ਹੁੰਦੇ ਹੋਏ ਉਹ ਕਹਿੰਦੇ ਸਾਡੇ ਕੋਲ ਕੁਛ ਨਹੀਂ ਹੈ। ਕਈ ਤਾਂ ਬੜੀਆਂ ਫਨੀ ਗੱਲਾਂ ਕਰਦੇ, ਕਿ ਉੱਥੇ ਫਰਿਜਨੋ ਦੇ ਵਿੱਚ ਪੁੱਛਿਆ ਬਜ਼ੁਰਗ ਨੂੰ, ਬਾਪੂ ਜੀ ਕੀ ਕਰਦੇ ਹੁੰਦੇ ਫਿਰ ਘਰ ਸਾਰਾ ਦਿਨ? ਕੁਛ ਨਹੀਂ, ਕਹਿੰਦੇ ਵੀ ਸਾਰਾ ਦਿਨ ਕਿੱਥੇ, ਨਿਆਣੇ ਸਕੂਲੇ ਪਹਿਲਾਂ ਛੱਡ ਆਈ ਦੀ ਹੈ, ਸਕੂਲ ਨੇੜੇ ਹੀ ਹੈ ਘਰ ਦੇ, ਮੁੜ ਕੇ ਲੈ ਆਈਦੇ ਆ ਕੇ ਨਿਆਣੇ ਆਪੋ ਆਪਣੇ ਕੰਮਾਂ 'ਤੇ ਫੋਨਾਂ 'ਤੇ ਲੱਗ ਜਾਂਦੇ ਆ, ਅਤੇ ਜਾਂ ਬਸ ਸਾਊ ਜਾਂਦਾ ਅਸੀਂ ਤਾਂ ਵਿਹਲੇ ਹੀ ਹੁੰਦੇ ਹਾਂ, ਬਸ ਜਦੋਂ ਫਿਰ ਘਰ ਕੋਈ ਵੀ ਨਹੀਂ ਹੁੰਦਾ। ਮੈਂ ਕਿਹਾ ਉਦੋਂ ਕੀ ਕਰਦੇ ਹੋ? ਕੁਛ ਵੀ ਨਹੀਂ, ਕਹਿੰਦਾ ਉਦੋਂ ਬੈਠੇ ਰਹੀ ਦਾ, ਉਦੋਂ ਫਿਰ ਜਾਂ ਫਿਰ ਦੋ ਚੀਜ਼ਾਂ ਚੱਲਦੀਆਂ ਹੁੰਦੀਆਂ ਘਰ ਦੇ ਵਿੱਚ, ਜਾਂ ਫਰਿੱਜ ਚੱਲਦੀ ਹੁੰਦੀ ਜਾਂ ਮੇਰੇ ਸਾਹ ਚੱਲਦੇ ਹੁੰਦੇ, ਬਸ ਹੋਰ ਕੁਛ ਨਹੀਂ, ਸਭ ਕੁਛ ਸ਼ਾਂਤ ਹੁੰਦਾ। ਇੱਕ ਬਜ਼ੁਰਗ ਕਹਿੰਦਾ ਯਾਰ ਕੁਛ ਨਹੀਂ, ਕਹਿੰਦਾ ਬੁਰਾ ਹਾਲ ਆ ਬਾਈ ਸਾਡਾ ਤਾਂ ਇੱਧਰ, ਸਾਨੂੰ ਤਾਂ ਕਹਿੰਦਾ ਜਦੋਂ ਪਰੌਂਠੇ ਬਣਾਉਂਦੀਆਂ ਨੇ ਬੁੜੀਆਂ ਘਰ ਪਰੌਂਠੇ,
ਉਦੋਂ ਫਿਰ ਝੱਲ ਮਾਰਨੀ ਰੱਖਦੀਆਂ, ਅਲਾਰਮ ਵੱਜਣ ਲੱਗ ਜਾਂਦਾ ਉੱਥੇ ਫੜਾ ਕੇ ਗੱਦੀ ਜਾਂ ਸਿਰਹਾਣੇ 'ਤੇ ਕਹਿੰਦੀ ਬਾਪੂ ਜੀ ਅਜਿੰਦਰ ਪਰੌਂਠੇ ਬਣਾਉਂਦੀਆਂ ਤਾਂ ਇੱਥੇ ਝੱਲ ਮਾਰੀ ਚਲੋ ਉਹਨੂੰ। ਚਲੋ ਇਹ ਖੈਰ ਸ਼ੁਗਲ ਮੇਲੇ ਦੀਆਂ ਗੱਲਾਂ ਹੈਗੀਆਂ, ਬਹੁਤ ਸਾਰੇ ਬਜ਼ੁਰਗ ਕਰਦੇ ਨੇ, ਪਰ ਅਸਲ ਦੇ ਵਿੱਚ ਬਜ਼ੁਰਗਾਂ ਦਾ ਕੀ ਤੁਹਾਡੇ ਹਿਸਾਬ ਨਾਲ ਕੀ ਹਾਲ ਹੈਗਾ, ਕੀ ਸੱਚਾਈਆਂ ਹੈਗੀਆਂ ਨੇ ਜੋ ਤੁਹਾਡੇ ਆਲੇ ਦੁਆਲੇ ਵਾਪਰਦੀਆਂ ਜਾਂ ਕਿਤੇ ਹੋਰ ਵਾਪਰਦੀਆਂ। ਬਾਹਰਲੇ ਮੁਲਕਾਂ ਦੀ ਆਪਾਂ ਤਕਰੀਬਨ ਤਕਰੀਬਨ ਗੱਲ ਕਰਦੇ ਹਾਂ, ਪੰਜਾਬ ਦੀ ਵੀ ਗੱਲ ਕਰ ਸਕਦੇ ਹਾਂ ਕਿਉਂਕਿ ਪੰਜਾਬ ਦੇ ਵਿੱਚ ਵੀ ਆਪਣੇ ਬਜ਼ੁਰਗ ਨੇ, ਬਾਹਰਲੇ ਬੇਗਾਨੇ ਨਹੀਂ ਹੈਗੇ। ਕਾਲਾਂ ਲੈਂਦੇ ਤੁਹਾਡੀਆਂ। ਹੈਲੋ, ਹੈਲੋ ਜੀ, ਸਤਿ ਸ਼੍ਰੀ ਅਕਾਲ। ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ, ਟੀਵੀ ਦੀ ਆਵਾਜ਼ ਘੱਟ ਕਰੋ ਜੀ। ਜੱਗੀ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਸਰ, ਸਤਿ ਸ਼੍ਰੀ ਅਕਾਲ। ਮੈਂ ਕਿਹਾ ਬਹੁਤ ਸੋਹਣਾ ਮੁੱਦਾ ਲਿਆਂਦਾ ਬਜ਼ੁਰਗਾਂ ਦਾ ਅੱਜ। ਜੀ ਜੀ ਜੀ, ਕੀ ਕਹਿਣਾ ਚਾਹੁੰਦੇ ਜੀ? ਮੈਨੂੰ ਅਸਲ 'ਚ ਫੋਨ ਇੱਕ ਆਇਆ ਸੀ, ਮਾਤਾ ਦਾ ਕਹਿ ਲਓ ਚਾਹੇ ਆਂਟੀ ਦਾ ਕਹਿ ਲਓ। ਹਾਂਜੀ, ਉਹ ਕਹਿੰਦੇ ਵੀ ਤੂੰ ਕਰ ਇੱਦਾਂ ਦਾ ਵਿਸ਼ਾ ਕਰ, ਵੀ ਇੱਦਾਂ ਦਾ ਹਾਲਤ ਸਾਡੇ ਇੱਧਰ ਔਖੇ ਆ, ਕੀ ਕਹਿਣਾ ਚਾਹੁੰਦੇ ਤੁਸੀਂ? ਅਸੀਂ ਤਾਂ ਕਿਹੜਾ ਇਹ ਚਾਹੁੰਦਾ ਕਿ ਬਜ਼ੁਰਗ ਜਿਹੜੇ ਆ ਵਾਜੇ ਤਾਂ ਬਹੁਤ ਚੰਗੇ ਹੁੰਦੇ, ਬਜ਼ੁਰਗ ਵੀ ਕਈ ਚੰਗੇ ਆ। ਬਜ਼ੁਰਗਾਂ 'ਚ ਵੀ ਨੁਕਸ ਹੋ ਸਕਦਾ? ਬਹੁਤ ਬਹੁਤ ਜ਼ਿਆਦਾ ਹੈ ਜੀ ਫਰਕ ਆ। ਅੱਛਾ, ਤੇ ਬਾਕੀ ਇਹ ਆ ਕਈਆਂ ਤਾਂ ਇੰਨਾ ਬਜ਼ੁਰਗਾਂ ਦਾ ਬੁਰਾ ਹਾਲ ਹੁੰਦਾ ਉਹ ਗੁਰਦੁਆਰੇ ਛੱਡ ਜਾਂਦੇ ਉਹਨਾਂ ਨੂੰ, ਕਈ ਤਾਂ ਘਰ ਦੇ। ਇੱਥੇ ਵੀ ਇੱਥੇ ਸਾਡੇ ਲਿਵਿੰਗਸਟਨ 'ਚ ਬਹੁਤ ਛੱਡੇ ਆ। ਅੱਛਾ ਜੀ, ਤੇ ਬਾਕੀ ਹੁਣ ਇਹ ਦੇਖੋ ਵੀ ਇਹਨਾਂ ਨੂੰ ਜਿਹੜੇ ਆਉਂਦੇ ਆ ਤੇ ਇਹਨਾਂ ਤਾਂ ਉੱਥੇ ਮੌਜ ਆ, ਇੱਥੇ ਆ ਕੇ ਤਾਂ ਔਖੇ ਹੋ ਜਾਂਦੇ ਆ। ਅੱਛਾ ਨਹੀਂ, ਜਿਹੜੀ ਉਹ ਗੱਲ ਕਹਿੰਦੇ ਵੀ ਮੈਨੂੰ ਉਹ ਕਹਿੰਦੇ ਵੀ ਸਾਨੂੰ, ਅਸੀਂ ਘਰ ਵੀ ਅਸੀਂ ਲਿਆ ਤੇ ਸਾਨੂੰ ਕਹਿੰਦੇ ਪੇਮੈਂਟ ਆ ਵੀ ਤੁਸੀਂ ਜਿਹੜੀ ਨਾ ਫੇ ਉਹ ਦੱਸੋ ਤੇ ਉਹਨੇ ਘਰ ਕਾਹ ਲਈ ਲਿਆ ਸੀ, ਬਜ਼ੁਰਗਾਂ ਨੂੰ ਪੁੱਛ ਕੇ ਲਿਆ ਸੀ? ਨਹੀਂ ਨਹੀਂ ਨਹੀਂ, ਘਰ ਵੀ ਬਜ਼ੁਰਗਾਂ ਨੇ ਲਿਆ, ਕਹਿੰਦੇ ਘਰ ਦੀ ਡਾਊਨ ਪੇਮੈਂਟ ਵੀ ਅਸੀਂ ਦਿੱਤੀ ਹੈ, ਹੁਣ ਉਹ ਸਾਨੂੰ ਕਹਿੰਦੇ ਵੀ ਪੇਮੈਂਟਾਂ ਵੀ ਇਹਦੀਆਂ ਤੁਸੀਂ ਕਰੋ, ਵੀ ਸਾਡੇ ਖਰਚੇ ਵਾਲੇ ਨੇ, ਤੁਸੀਂ ਆਪਣੀ ਪੈਨਸ਼ਨ ਦੇ ਵਿੱਚੋਂ ਕਰੋ। ਉਹਨੇ ਜ਼ਰੂਰ ਉਹਨਾਂ ਨੂੰ ਵਿੱਚ ਰੱਖਣਾ, ਉਹਨੂੰ ਬਾਹਰ ਕੱਢਣ ਜਾਂ ਪੇਮੈਂਟਾਂ ਵੀ ਨਹੀਂ ਕਰਨੀਆਂ। ਇਹ ਮੈਨੂੰ ਕਨਸੈਪਟ ਸਮਝ ਨਹੀਂ ਆਇਆ ਨਿਆਣਿਆਂ ਦਾ ਵੀ ਤੁਸੀਂ ਜੇ ਉਹ ਦੋਨੋਂ ਜੀ ਕਮਾਉਂਦੇ ਆ, ਬਜ਼ੁਰਗਾਂ ਨੂੰ ਕਿੰਨੀ ਕਮਾਉਂਦੀ ਹੋਊ ਰਿਟਾਇਰਮੈਂਟ ਜਿਹੜੀ? ਉਹੀ ਤਾਂ ਗੱਲ ਆ। ਹਾਂਜੀ, ਹੁਣ ਬਾਕੀ ਇਹ ਗੱਲ ਆ ਤੇ ਹੁਣ ਬਜ਼ੁਰਗਾਂ ਕੋਲ ਕਿੰਨੀ ਕੁ ਇਨਕਮ ਹੋਊਗੀ ਵੀ ਜਿਹੜੇ ਘਰਾਂ ਦੀ ਪੇਮੈਂਟ ਵੀ ਘਰ ਘਰ ਵੀ ਲੈਣ ਤੇ ਆਪਣੇ ਨਿਆਣੇ ਗੱਲ ਨਿਆਣਿਆਂ ਨੂੰ ਵੀ ਪੜ੍ਹਾਇਆ, ਜਿਹਨਾਂ ਨੂੰ ਪੜ੍ਹਾਇਆ ਉਹਨਾਂ ਨੇ ਉਹਨਾਂ ਨੂੰ ਆਪਣੇ ਪੈਰਾਂ ਤੇ ਖੜਾ ਕਰਨ ਲਈ ਪੜ੍ਹਾਇਆ, ਤੇ ਤੁਸੀਂ ਇਹ ਤਾਂ ਸੋਚੋ। ਅਤੇ ਇੱਕ ਅਸੀਂ ਮਤਲਬ ਅਸੀਂ ਮਿਲੇ ਬਹੁਤ ਸਾਰੇ ਬਜ਼ੁਰਗਾਂ ਨੂੰ, ਤਕਰੀਬਨ ਕਾਫੀ ਜ਼ਿਆਦਾ ਕਈ ਔਖੇ ਨੇ, ਮਤਲਬ ਕਈ ਤਾਂ ਇਸ ਗੱਲੋਂ ਹੀ ਔਖੇ ਹੈਗੇ, ਚਲੋ ਵੀ ਇੱਥੇ ਦਿਲ ਨਹੀਂ ਲੱਗਦਾ, ਪਿੰਡ ਹੁੰਦੇ ਸੀਗੇ 10 ਬੰਦੇ ਸਲੂਟ ਮਾਰਦੇ, ਹਾਂਜੀ ਸਰਦਾਰ ਸਾਹਿਬ ਕੀ ਹਾਲ ਹੈ। ਮੈਂ ਤਾਂ ਤੁਹਾਨੂੰ ਦੱਸਿਆ ਵੀ ਸਾਡਾ ਰਿਸ਼ਤੇਦਾਰ ਲੰਬੜਦਾਰ ਹੁੰਦਾ ਸੀ। ਅੱਛਾ ਜੀ, ਉਹਨੂੰ ਜਾਂ ਪਿੰਡ 'ਚ ਲੰਘਣਾ, ਲੰਬੜਾ ਜੀ ਸਤਿ ਸ਼੍ਰੀ ਅਕਾਲ, ਲੰਬੜਾ ਜੀ ਸਤਿ ਸ਼੍ਰੀ ਅਕਾਲ, ਇੱਥੇ ਇੱਥੇ ਆ ਕੇ ਵਿਚਾਰੇ ਨੂੰ ਕਿਸੇ ਨਹੀਂ ਬੁਲਾਉਂਦਾ ਸੀ, ਹੁਣ ਪਤਾ ਹੀ ਨਹੀਂ ਹੈ। ਹਾਂਜੀ, ਹੋ ਰਿਹਾ ਜੀ ਇਹ, ਮੇਰੇ ਖਿਆਲ ਦਸੰਬਰ ਦੇ ਪਹਿਲੀ ਤਰੀਕ ਤੋਂ ਸ਼ੁਰੂ ਕਰ ਰਹੇ। ਪਹਿਲੀ ਤਰੀਕ ਤੋਂ ਇਹਦਾ ਕੋਈ ਹੈ ਤਾਂ ਸੁਣਿਆ ਤਾਂ ਹੈ ਨੀ, ਨਾ ਟੀਮਾਂ ਟੂਮਾਂ ਦਾ ਸੁਣਿਆ? ਨਹੀਂ, ਟੀਮਾਂ ਤਾਂ ਲੱਗੇ ਹੋਏ ਨੇ, ਮੈਂ ਇਹਨਾਂ ਦੀ ਖਬਰਾਂ ਖਬਰਾਂ 'ਚ ਦੇਖੀ ਦਾ, ਇਹ ਲੱਗੇ ਤਾਂ ਹੋਏ ਨੇ ਜਿਹੜੇ ਪੰਜਾਬ ਸਰਕਾਰ ਵੱਲੋਂ, ਨਾਲ ਸਿਕੰਦਰ ਸਿੰਘ ਮਲੂਕਾ ਜਿਹੜਾ, ਇਹਦਾ ਮੈਂ ਮੇਰੇ ਖਿਆਲ ਹੈਗਾ ਸਾਰੇ ਇਕੱਠੇ ਰਲ ਕੇ ਲੱਗੇ ਹੋਏ ਨੇ। ਪੰਜਾਬ ਸਰਕਾਰ ਵੱਲੋਂ ਹੈ ਤੇ ਰਾਣਾ ਗੁਰਮੀਤ ਸਿੰਘ ਸੋਢੀ ਜਿਹੜਾ ਉਹ ਇੰਚਾਰਜ ਹੈ, ਤੇ ਸਿਕੰਦਰ ਸਿੰਘ ਮਲੂਕਾ ਕਿਉਂਕਿ ਕਬੱਡੀ ਫੈਡਰੇਸ਼ਨ ਦਾ ਸ਼ਾਇਦ ਉਹ ਪ੍ਰਧਾਨ ਹੈ ਜਾਂ ਕੀ ਹੈ, ਉਹ ਵੀ ਨਾਲੇ ਸੁਲਤਾਨਪੁਰ ਆਪਣੇ ਸੁਰਿੰਦਰ ਸਿੰਘ ਜੀ, ਬਹੁਤ ਵਧੀਆ ਹਾਲ, ਤੁਸੀਂ ਸੁਣਾਓ? ਅੱਜ ਦੁੱਖ ਵੀ ਰਾਗ ਛੇੜ ਲਈ ਫੇ? ਨਹੀਂ, ਇਹ ਮੈਂ ਨਹੀਂ ਸੀ ਵੈਸੇ, ਮੈਂ ਨਾ ਇਹੋ ਜਿਹੇ ਮਤਲਬ ਬਾਹਲਾ ਦੁਖੀ ਜਿਹਾ ਵਿਸ਼ਾ ਮੈਂ ਰੱਖਣਾ ਨਹੀਂ ਚਾਹੁੰਦਾ ਸੀ, ਪਰ ਮੈਂ ਕਿਹਾ ਚਲੋ ਹਾਲਾਤ ਹੈਗੇ ਨੇ, ਸਾਂਝੇ ਕਰ ਲੈਣੇ ਚਾਹੀਦੇ ਕੋਈ ਹੈਗੇ ਲੱਗਦਾ। ਇਹ ਤਾਂ ਵਾਕਿਆ ਹੀ ਜ਼ਿਆਦਾਤਰ ਲੋਕ ਕਰਦੇ ਨੇ, ਪੰਜਾਬ ਦਾ ਤਾਂ ਬੁਰਾ ਹਾਲ ਹੈਗਾ ਹੀ ਹੈਗਾ, ਪੰਜਾਬ ਦੀਆਂ ਸਟੋਰੀਆਂ ਤਾਂ ਸਾਨੂੰ ਬੜਾ ਬਾਸਰਾ ਇੰਨੀਆਂ ਦੱਸ ਗਿਆ ਜਿਹਦਾ ਹਿਸਾਬ ਕੋਈ ਨਹੀਂ। ਮਹਾਰਾਜ ਕਹਿੰਦੇ ਗੁਰ ਦੀ ਖਿਆਲ ਹੈ ਜਪ ਤਪ ਕਮਾਹੇ, ਨਾ ਮੋਹ ਛੁੱਟੇ ਨਾ ਥਾਂ ਪਾਵੇ। ਜੀ, ਇਹ ਜਿਹੜੀਆਂ ਬਿਮਾਰੀਆਂ ਆ ਇਹ ਬਹੁਤ ਵੱਧ ਗਈਆਂ, ਇਹ ਵਧਣੀਆਂ ਵੀ ਆ, ਕਿਉਂਕਿ ਜਿਹੜੇ ਸਿਆਣੇ ਲੋਕ ਆ ਅਸੀਂ ਮੋਹ ਦੇ ਮਾਰਿਓ, ਅਸੀਂ ਮੋਹ ਨਹੀਂ ਛੱਡਦੇ, ਇੱਕ ਪਾਸਾ ਮੋਹ ਆ ਇਹ। ਜੀ, ਜਿੱਦਾਂ ਮੱਛੀ ਦਾ ਪਾਣੀ ਨਾਲ ਪਿਆਰ ਆ, ਪਾਣੀ ਨੂੰ ਕੋਈ ਮਤਲਬ ਨਹੀਂ ਮੱਛੀ ਦਾ, ਅੱਜ ਕੱਲ੍ਹ ਇੱਦਾਂ ਦਾ ਸਿਸਟਮ ਹੋ ਗਿਆ ਆ, ਸਾਰੇ ਨਹੀਂ 10% 15% ਠੀਕ ਵੀ ਆ,
ਪਰ ਤਕਰੀਬਨ ਜ਼ਿਆਦਾ ਹੋ ਗਿਆ। ਦੂਜਾ ਹੁੰਦਾ ਜਿਹੜੇ ਮਾਂ ਪਿਓ ਜਾਂ ਬਜ਼ੁਰਗ ਹੁੰਦੇ ਉਹਨਾਂ ਨੂੰ ਬਹੁਤਾ ਪਿਆਰ ਦੀ ਲੋੜ ਹੁੰਦੀ ਆ, ਬਹੁਤਾ ਉਹਨਾਂ ਨੂੰ ਪੈਸੇ ਪੂਸੇ ਦੀ ਲੋੜ ਨਹੀਂ ਹੁੰਦੀ, ਉਹਨਾਂ ਦਾ ਸਤਿਕਾਰ ਹੋਵੇ, ਪਿਆਰ ਹੋਵੇ, ਜਿੱਥੇ ਜਾਣਾ ਕਿਤੇ ਲੈ ਜਾਓ ਤੇ ਲਿਜਾਣਾ। ਹੁਣ ਇੱਥੇ ਤਾਂ ਇੱਦਾਂ ਦਾ ਹਾਲ ਆ ਵੀ ਕਈ ਵਿਚਾਰੇ ਬਜ਼ੁਰਗਾਂ ਨੂੰ ਕਿਤੇ ਲੈ ਕੇ ਵੀ ਨਹੀਂ ਜਾਂਦੇ, ਘਰਾਂ 'ਚ ਬੈਠੇ ਆ ਵਿਚਾਰੇ, ਦਿਨ ਚੜ੍ਹਦਾ ਛਿਪ ਜਾਂਦਾ। ਜਿਹੜੇ ਪੈਸੇ ਆਉਂਦੇ ਉਹਨਾਂ ਦੇ ਉਹ ਕਾਟਾਂ 'ਤੇ ਪਵਾਏ, ਉਹ ਕਾਟ ਜਾ ਕੇ ਮਾਰਦੇ ਆ, ਪੈਸੇ ਕੱਢ ਲਿਆਉਂਦੇ ਬੈਂਕ 'ਚੋਂ। ਇਹਦਾ ਹੱਲ ਕੀ ਹੈ, ਬਜ਼ੁਰਗਾਂ ਨੂੰ ਕੀ ਕਰਨਾ ਚਾਹੀਦਾ ਇਹੋ ਜਿਹੇ ਹਾਲਾਤਾਂ ਦੇ ਵਿੱਚ? ਮੈਨੂੰ ਕਹਿੰਦੇ ਸੀ, ਮੈਂ ਕਿਹਾ ਜੀ ਮੈਂ ਇਹਦੇ ਬਾਰੇ ਕੀ, ਮੈਂ ਤਾਂ ਕੋਈ ਨਹੀਂ ਦੱਸ ਸਕਦਾ, ਮੈਨੂੰ ਤਾਂ ਮੈਂ ਨਾ ਇੰਨੀ ਸੋਝੀ ਹੈ ਸਾਡੇ ਦਰਸ਼ਕਾਂ ਕੋਲ। ਵੈਸੇ ਅਸੀਂ ਕਹਿੰਦੇ ਕੀ ਕਰੀਏ, ਸਾਨੂੰ ਇਹ ਫੋਰਸ ਕਰਦੇ ਨੇ ਵੀ ਘਰ ਤੁਸੀਂ ਦੇ, ਘਰ ਦੀਆਂ ਪੇਮੈਂਟਾਂ ਤੁਸੀਂ ਕਰੋ, ਸਾਡੇ ਖਰਚੇ ਬਹੁਤ ਨੇ, ਆਪਦੀਆਂ ਪੈਨਸ਼ਨਾਂ 'ਚੋਂ ਕਰੋ। ਬਹੁਤ ਦੁਖੀ ਆ, ਲੋਕ ਬਾਹਲੇ ਦੁਖੀ। ਇਹਦਾ ਹੱਲ ਆਪਾਂ ਨੂੰ ਹੁਣ ਕਰਨਾ ਪੈਣਾ, ਜਿੱਥੇ ਕਾਪਾਂ ਖੜੇ ਆ ਇੱਥੋਂ ਹੁਣ ਬਦਲਣਾ ਪੈਣਾ ਆ। 40 ਕੁ ਸਾਲ ਤੋਂ ਬੰਦੇ ਨੂੰ ਬਦਲਣਾ ਚਾਹੀਦਾ, ਜਦੋਂ ਬੱਚੇ ਸਿੱਟ ਸੁੱਟ ਹੋ ਜਾਣ ਫਿਰ ਆਪਣਾ ਵੀ ਦੇਖਣਾ ਚਾਹੀਦਾ, ਥੋੜ੍ਹਾ ਜਿਹਾ ਮੋਹ ਘਟਾਉਣਾ ਚਾਹੀਦਾ ਆ। ਜਿਹੜੇ ਹੁਣ ਜ਼ਿਮੀਂਦਾਰ ਪਰਿਵਾਰ ਆ ਉਹਨਾਂ ਕੋਲ ਤਾਂ ਬਹੁਤ ਸੋਹਣਾ ਆਪਣਾ ਗੁਜ਼ਾਰਾ ਉੱਥੇ ਵੀ ਆ, ਇੱਥੇ ਵੀ ਹੈਗਾ, ਪਰ ਉਹ ਮੋਹ ਨਹੀਂ ਛੱਡਦਾ, ਮੋਹ ਨਹੀਂ ਛੱਡਦਾ ਬੱਚਿਆਂ ਦਾ, ਫਿਰ ਅਸੀਂ ਮੁੜ ਮੁੜ ਉੱਥੇ ਫਸਦੇ ਜਾ ਕੇ ਮੋਹ ਦੇ ਵਿੱਚ। ਮੋਹ ਤਾਂ ਖੈਰ ਰੱਖਣਾ ਚਾਹੀਦਾ, ਮੋਹ ਰੱਖਣਾ ਚਾਹੀਦਾ ਤੇ ਚੀਜ਼ ਜਿਹੜੀ, ਇਹਦਾ ਕੋਈ ਕੋਈ ਸਿਸਟਮ, ਕੋਈ ਕੋਈ ਹੱਲ ਹੋਣਾ ਚਾਹੀਦਾ ਹੈ ਕਿ ਮੋਹ ਵੀ ਬਣਿਆ ਰਹੇ। ਅੱਜ ਕੱਲ੍ਹ ਮੋਹ ਜਿਹੜਾ ਉਹ ਪਿੱਛੇ ਰਹਿ ਗਿਆ, ਮੋਹ ਤਾਂ ਬਾਅਦ ਦੇ ਵਿੱਚ, ਮੋਹ ਉਨਾ ਕੀ ਹੈ ਜਿੰਨਾ ਕੁ ਮੈਨੂੰ ਲੋੜ ਹੈ। ਨਹੀਂ ਫਿਰ ਉਹ ਬਣਨਾ ਨਹੀਂ ਨਾ, ਉਹ ਨਹੀਂ ਕਰਦੇ, ਇੱਕ ਪਾਸਾ ਮੋਹ ਨਹੀਂ ਚੱਲਦਾ ਹੁੰਦਾ ਜੱਗੀ ਜੀ, ਇੱਕ ਪਾਸਾ ਕੰਮ ਕੋਈ ਨਹੀਂ ਚੱਲਦਾ ਹੁੰਦਾ, ਕੰਮ ਦੋਹਾਂ ਪਾਸਿਓਂ ਚੱਲਣਾ। ਤੁਸੀਂ ਮੋਹ ਕਰੀ ਜਾਓ, ਨਹੀਂ ਕਰਦੇ ਹੋ, ਕਹਿੰਦੇ ਹੂ ਕੇਅਰ, ਸਾਨੂੰ ਕੀ ਪਰਵਾਹ ਤੁਹਾਡੀ। ਜਾਂ ਅਸੀਂ ਕੀ, ਸਾਡੇ ਇੱਕ ਸਰਪੰਚ ਸੀ, ਉਹਦੀਆਂ ਪੋਟੀਆਂ ਗਈਆਂ ਲੈਣ, ਉਹ ਜ਼ਮੀਨ ਦਿਖਾਉਣ ਲੱਗ ਪਿਓ, ਕਹਿੰਦੇ ਅਸੀਂ ਤੇਰੀ ਬਾਬਾ ਜ਼ਮੀਨ ਤੋਂ ਕੀ ਲੈਣਾ, ਰਾਖੇ ਨੂੰ ਸਾਂਭ ਕੇ ਅਸੀਂ ਤੇਤੋਂ ਕੀ ਲੈਣਾ। ਇੱਕ ਮੈਨੂੰ ਬਹੁਤ ਵਧੀਆ ਗੱਲ ਚੇਤੇ ਆ ਗਈ ਸੁਨੀਲ ਸਿੰਘ ਜੀ। ਹਾਂਜੀ, ਉਹ ਕਹਿੰਦੇ ਮੈਂ ਬੱਚੇ ਤੇ ਇਨਵੈਸਟ ਕਰਨ ਨਾਲੋਂ ਬਿਜ਼ਨਸ ਦੇ ਵਿੱਚ ਇਨਵੈਸਟ ਕਰੂੰਗਾ। ਮੈਂ ਕਿਹਾ ਵੀ ਕਿਉਂ? ਕਹਿੰਦਾ ਬੱਚੇ ਤੇ ਇਨਵੈਸਟ ਕਰਦੇ ਹਾਂ, 25-30 ਸਾਲ ਕਰਦੇ ਰਹਿੰਦੇ, ਕਰਦੇ ਰਹਿੰਦੇ, ਕਰਦੇ ਰਹਿੰਦੇ, ਕਰਦੇ ਰਹਿੰਦੇ, ਕਰਦੇ ਰਹਿੰਦੇ, ਪੜ੍ਹਾਇਆ ਲਿਖਾਇਆ ਕਰਦੇ ਰਹਿੰਦੇ, ਇਨਵੈਸਟ ਕਰਦੇ, ਬਾਹਰ ਭੇਜ ਤਾਂ 25-30 ਲੱਖ ਲਾ ਤਾ, ਇਨਵੈਸਟ ਕਰਤਾ, ਤੇ ਜਦੋਂ ਬੱਚਾ ਕਮਾਉਣ ਲੱਗਦਾ ਤਾਂ ਉਹ ਅੱਗਿਓਂ ਇਹ ਕਹਿੰਦਾ ਡੋਂਟ ਸ਼ੋ ਯੂਅਰ ਫੇਸ, ਬਿਲਕੁਲ ਮੈਨੂੰ ਤੇਰਾ ਚਿਹਰਾ ਵੀ ਪਸੰਦ ਨਹੀਂ। ਤੇ ਮੈਂ ਕਹਿੰਦਾ ਬਿਜ਼ਨਸ ਦੇ ਵਿੱਚ 20 ਲੱਖ ਲਾਇਆ ਤੇ 5 ਸਾਲ ਬਾਅਦ 60 ਲੱਖ ਬਣ ਜਾਣਾ। ਸਾਡੇ ਵਿੱਚ ਹੀ ਹੈਗੀਆਂ, ਪਹਿਲਾਂ ਕਦੇ ਨੀ ਸੁਣੀਆਂ ਸੀਗੀਆਂ, ਇਹ ਅਸੀਂ ਉਹੀ ਹੈਗੇ ਸਾਰੇ। ਠੀਕ ਹੈ ਜੀ। ਅੱਛਾ, ਹੋਰ ਤੁਸੀਂ ਦੇਖੋ ਜੱਗੀ ਜੀ, ਤੁਸੀਂ ਪੰਜਾਬ ਚ ਜਾਇਓ, ਤੁਸੀਂ ਹਜੇ ਗਰੀਬਾਂ ਦੇ ਘਰਾਂ ਚ ਕਦੇ ਬੇਕਦਰੀ ਇੰਨੀ ਨਹੀਂ ਦੇਖੋਗੇ ਸਿਆਣਿਆਂ ਦੀ ਜਿੰਨੀ ਸਾਡੇ ਘਰਾਂ ਚ। ਪੈਸੇ ਕਰਕੇ ਹੋਇਆ ਜ਼ਿਆਦਾ, ਬਹੁਤ ਮਿਹਰਬਾਨੀ ਤੁਸੀਂ ਪੰਜਾਬ ਚ ਜਾ ਕੇ ਮਾਰੋ ਫੇਰਾ, ਉੱਥੇ ਤੁਹਾਨੂੰ ਇਹ ਪਤਾ ਲੱਗ ਜੂ। ਕਹਿੰਦੇ ਮੰਜਿਆਂ ਤੇ ਬਹਿੰਦੇ ਸੀ ਤਾਂ ਕੋਲ ਕੋਲ ਰਹਿੰਦੇ ਸੀ, ਸੋਫੇ ਬੈੱਡ ਆ ਗਏ, ਸੋਫੇ ਬੈੱਡ ਆ ਗਏ ਤਾਂ ਦੂਰੀਆਂ ਵਧਾ ਗਏ, ਵਿਹੜੇ ਵਿੱਚ ਰੁੱਖ ਸੀ, ਸਮਝੇ ਦੁੱਖ ਸੁੱਖ ਸੀ, ਛੱਤਾਂ ਤੇ ਨਾ ਸੌਂਦੇ ਹੁਣ, ਗੱਲਾਂ ਨਾ ਕਰ ਪਾਉਂਦੇ ਹੁਣ, ਬੂਹਾ ਖੁੱਲਾ ਰਹਿੰਦਾ ਸੀ, ਰਾਹੀ ਵੀ ਆ ਬਹਿੰਦਾ ਸੀ, ਤਾਂ ਵੀ ਕਰਲਾਉਂਦੇ ਸੀ, ਪ੍ਰਾਹੁਣੇ ਘਰ ਆਉਂਦੇ ਸੀ, ਸਾਈਕਲ ਹੀ ਕੋਲ ਸੀ ਤਾਂ ਵੀ ਮੇਲ ਜੋਲ ਸੀ, ਸਾਈਕਲ ਹੀ ਕੋਲ ਸੀ ਤਾਂ ਵੀ ਮੇਲ ਜੋਲ ਸੀ, ਰਿਸ਼ਤੇ ਨਿਭਾਉਂਦੇ ਸੀ, ਰੁੱਸਦੇ ਮਨਾਉਂਦੇ ਸੀ, ਪੈਸਾ ਭਾਵੇਂ ਘੱਟ ਸੀ ਪਰ ਮੱਥੇ ਤੇ ਨਾ ਵੱਟ ਸੀ, ਕੰਧਾਂ ਕੋਲੇ ਕੱਚੇ ਸੀ ਪਰ ਰਿਸ਼ਤੇ ਸਾਰੇ ਸੱਚੇ ਸੀ, ਕੰਧਾਂ ਕੋਲੇ ਕੱਚੇ ਸੀ ਪਰ ਰਿਸ਼ਤੇ ਸਾਰੇ ਸੱਚੇ ਸੀ। ਬਹੁਤ ਮਿਹਰਬਾਨੀ, ਸ਼ਾਇਦ ਕੁਝ ਪਾਇਆ ਹੈ ਤੇ ਬਹੁਤ ਕੁਝ ਗਵਾਇਆ, ਜੱਗੀ ਥੋੜਾ ਜਿਹਾ ਪਾਇਆ ਤੇ ਬਹੁਤ ਕੁਝ ਗਵਾਇਆ। ਜੀ ਜੀ ਜੀ, ਬਹੁਤ ਮਿਹਰਬਾਨੀ, ਬਹੁਤ ਮਿਹਰਬਾਨੀ ਜੀ ਤੁਹਾਡੀ, ਸੁਰਿੰਦਰ ਸਿੰਘ ਜੀ ਬੜੀ ਮਿਹਰਬਾਨੀ ਕਾਲ ਕਰਨ ਵਾਸਤੇ, ਤੁਹਾਡਾ ਬਹੁਤ ਧੰਨਵਾਦ। ਹੈਲੋ 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 ਜੱਗੀ ਸਾਹਿਬ। ਹਾਂਜੀ ਹਾਂਜੀ, ਪੈਰੀ ਪੈਣਾ ਜੀ, ਪੈਰੀ ਪੈਣਾ ਮਾਸੀ ਜੀ, ਠੀਕ ਠਾਕ ਹੋ? ਹੁੰਦਾ ਵਾਦਾ ਰਵੇਰ ਪੁੱਤ ਚੰਦੀਆਂ ਗੱਲਾਂ ਕਰਾਂ ਤੇ ਵਿਸ਼ੇ ਬੜੇ ਲਾਉਂਦੇ ਬਜ਼ੁਰਗਾਂ ਤੇ ਹੈ। ਨਹੀਂ ਹਾਂ, ਦੇਖੋ ਜੀ, ਸਤਕਾਰ ਜਿਹੜਾ ਮੈਂ ਸਮਝਦਾ ਹੈ ਕਿ ਅੱਜ ਕੱਲ ਬਾਲੇ ਘਰਾਂ ਦੇ ਵਿੱਚ ਤਾਂ ਪੈਸੇ ਦਾ ਹੀ ਸਤਕਾਰ ਰਹਿ ਗਿਆ ਤੇ ਇਹ ਨਾ, ਮੈਂ ਤਾਂ ਦੱਸਦੇ ਪੁੱਤ ਵੀ ਫੇਰ ਹੁਣ ਕੁੜੀਆਂ ਹੁੰਦੇ ਕੰਮ ਕਰਦੇ ਹੈ ਨਾ, ਤੇ ਪਰ ਮੈਂ ਝੂਠ ਨਹੀਂ ਬੋਲੂ, ਆਪਣੇ ਤਾਂ ਕੁੜੀਆਂ ਵੀ ਬਹੁਤ ਮਾਣ ਕਰਦੇ ਤੇ ਮੁੰਡਾ ਵੀ ਬਹੁਤ ਕਰਦਾ। ਨਹੀਂ, ਆਪਾਂ ਜਿਨ੍ਹਾਂ ਦੇ ਘਰੇ ਪ੍ਰੋਬਲਮ, ਜਿਨ੍ਹਾਂ ਦੇ ਘਰੇ ਮਾਣ ਨਹੀਂ ਹੈ ਉਹਨਾਂ ਦੀ ਗੱਲ ਕਰ ਰਹੇ, ਉਹਨਾਂ ਬਾਰੇ ਦੱਸੋ ਕੁਛ ਉਹ ਕੀ ਕਰ ਰਹੇ। ਹਾਂ, ਫਿਰ ਹੁਣ ਤੂੰ ਇਹ ਦੱਸ ਵੀ ਤੇਰਾ ਇੱਕ ਮੁੰਡਾ ਹੈ ਤੇ ਤੂੰ ਸੋਚਿਆ ਵੀ ਮੇਰੇ ਨੂੰ ਸਾਂਭ ਕੇ ਜਾਂ ਨਹੀਂ ਸਾਂਭ ਗਈ? ਹੈ ਨਹੀਂ ਜੀ, ਮੈਂ ਨਹੀਂ ਸੋਚਿਆ, ਮੈਂ ਤਾਂ ਆਪਣਾ ਕਰਦਾ ਤੇ ਉਹਨੂੰ ਕਿਹਾ ਵੀ ਜੇ ਤੈਨੂੰ ਚੰਗਾ ਲੱਗਦਾ ਤੇ ਮੇਰੇ ਕੰਮ ਤੇ ਆ ਜਾ, ਨਹੀਂ ਤਾਂ ਜੇ ਫਿਰ ਕੱਲ ਵੀ ਤੇਰਾ ਵਿਸ਼ਾ ਬਹੁਤ ਵਧੀਆ ਸੀ ਹੈ ਨਾ, ਤੇ ਜੇ ਤੂੰ ਨਾ ਆਪਣੇ ਪੰਜਾਬ ਜਾ ਕੇ ਦੇਖੇ ਤੇ ਬੁਰੇ ਹਾਲ ਤੇ ਬਾਂਕੇ ਦਿਹਾੜੇ ਹਾਲ ਤੇ ਬੁਰਿਆਂ ਦੀ, ਕੱਲ ਨੂੰ ਆਵਾਂਗੇ ਕਰਾਂਗੇ ਪ੍ਰੋਗਰਾਮ ਜੀ।
ਤੇ ਮੇਰੇ ਕੁੜੀਆਂ ਨੂੰ ਵੀ ਛੁੱਟੀ ਹੈ ਤੇ ਮੇਰੇ ਮੁੰਡੇ ਨੂੰ ਵੀ ਛੁੱਟੀ ਹੈ। ਵਾਹ ਜੀ ਵਾਹ, ਤੁਸੀਂ ਲਓ ਛੁੱਟੀ ਦਾ ਆਨੰਦ। ਜਿਉਂਦਾ ਮਾਤਾ ਰਾਜ ਜੀ, ਮੇਰੇ ਪੁੱਤ ਬਹੁਤ ਸੋਹਣਾ ਛੋ ਲਿਆਉਣਾ ਤੂੰ। ਬਹੁਤ ਮਿਹਰਬਾਨੀ, ਛੋ ਲਿਆ ਤੇ ਹੁਣ ਇਹਨੂੰ ਇੱਕ ਗੱਲ ਦੱਸ ਦੇ ਤੇ ਮੈਨੂੰ ਮੋਦੀ ਬਣ ਕੇ ਦਿਖਾਈ ਹੁਣ ਕਿਤੇ। ਚੱਲ ਠੀਕ ਹੈ ਜੀ, ਠੀਕ ਹੈ, ਚਲੋ ਮਿਹਰਬਾਨੀ। ਜ਼ਰੂਰ ਜੀ ਜ਼ਰੂਰ, ਹੁਣ ਦਾੜੀ ਦਾੜੀ ਰੱਖ ਲਈ ਮੋਦੀ ਵਰਗੀ, ਹੁਣ ਮੈਂ ਬਣ ਕੇ ਦਿਖਾਊਂਗਾ ਜੀ। ਮਿਹਰਬਾਨੀ, ਨਹੀਂ ਬਹੁਤ ਮਿਹਰਬਾਨੀ, ਬਹੁਤ ਮਿਹਰਬਾਨੀ ਜੀ, ਮੋਦੀ ਵੀ ਬਣ ਜਾਵਾਂਗੇ। ਅਸਲ ਦੇ ਵਿੱਚ ਜਿਹੜੀ ਗੱਲ ਚੱਲਦੀ ਸੀਗੀ ਉਹ ਬਜ਼ੁਰਗਾਂ ਦੀ ਗੱਲ ਚੱਲਦੀ ਸੀ, ਨਾਲ ਦੀ ਨਾਲ ਜਿਹੜਾ ਪੰਜਾਬ ਦੀ ਗੱਲ ਚੱਲਦੀ ਹੈਗੀ ਆ। ਬਹੁਤ ਸਾਰੇ ਘਰਾਂ ਦੇ ਵਿੱਚ ਹੈਗਾ, ਨਹੀਂ ਹੈਗਾ ਜਿਹਨਾਂ 'ਤੇ, ਚੰਗੀ ਗੱਲ ਆ, ਬਾਹਲੀ ਚੰਗੀ ਗੱਲ। ਪਰ ਅਸੀਂ ਓਵਰਆਲ ਜੇ ਗੱਲ ਕਰੀਏ, ਓਵਰਆਲ ਤਾਂ ਇਹ 'ਚ ਕੋਈ ਸ਼ੱਕ ਨਹੀਂ, ਚਾਹੇ ਪੰਜਾਬ ਆ ਚਾਹੇ ਕਿਤੇ ਵੀ ਹੈਗਾ, ਮੈਨੂੰ ਤਾਂ ਇਹ ਲੱਗਦਾ ਵੀ ਚਾਹੇ ਕੋਈ ਵੀ ਕਮਿਊਨਿਟੀ ਹੈ, ਵੈਸੇ ਤਾਂ ਪੰਜਾਬੀਆਂ ਦੇ ਆਪਣਾ ਵਾਹ ਪੈਂਦਾ ਕਰਕੇ ਪੰਜਾਬੀਆਂ ਦਾ ਜ਼ਿਆਦਾ ਪਤਾ ਕਿ ਵਾਕਿਆ ਹੀ ਰਿਸ਼ਤੇ ਦੇ ਨਾਤੇ ਜਿਹੜੇ ਹੈਗੇ ਨੇ ਸਾਡੇ ਕਲੋਜ਼ ਰਿਲੇਸ਼ਨ, ਵਾਕਿਆ ਹੀ ਉਸ ਕੰਮ ਤੱਕ ਹੀ ਸੀਮਿਤ ਰਹਿ ਗਿਆ ਵੀ ਮੈਨੂੰ ਜੇ ਪਿਓ ਨੂੰ ਪੁੱਤ ਤੱਕ ਕਿੰਨਾ ਕੰਮ ਹੈ, ਉਹਨੇ ਪਿਓ ਨੂੰ ਓਨਾ ਕੁ ਮਿਲਣਾ ਵਰਤਣਾ, ਨਹੀਂ ਤਾਂ ਆਪੋ ਆਪਣੇ ਘਰ ਸਭ ਠੀਕ ਹੈ। ਪੁੱਤ ਨੂੰ ਪਿਓ ਤੱਕ ਕਿੰਨਾ ਕੰਮ, ਓਨਾ ਕੁ ਮਿਲਣਾ। ਤਾਂ ਭਰਾਵਾਂ ਦੀ ਗੱਲ ਕਰੀਏ, ਬਹੁਤ ਸਾਰੇ ਭਰਾ ਇਕੱਠੇ ਬਿਜ਼ਨਸ ਵੀ ਕਰਦੇ ਨੇ, ਪਰ ਬਹੁਤ ਸਾਰੇ ਭਰਾ ਜਿਹੜੇ ਭੈਣ ਭਰਾ ਹੈਗੇ ਆ ਉਹ ਉਦੋਂ ਓਨਾ ਕੀ ਮਿਲਦੇ ਆ, ਰੱਖੜੀ ਵਾਲੇ ਦਿਨ ਰੱਖੜੀ ਆ ਗਈ ਅਤੇ ਜਾਂ ਬੰਨਤੀ, ਅਤੇ ਬਾਕੀ ਜਿਹੜਾ ਰਿਸ਼ਤੇ ਜਿਹੜੇ ਉਹ ਤਕਰੀਬਨ ਮਤਲਬ ਦੇ ਰਹਿ ਗਏ ਆ। ਮਤਲਬ ਤੋਂ ਮੈਂ ਇਹ ਨਹੀਂ ਕਹਿੰਦਾ ਵੀ ਬੰਦੇ ਮਤਲਬ ਹੀ ਹੈ, ਕੰਮ ਦੇ ਜਿੰਨਾ ਕਿਸੇ ਨੂੰ ਕਿਸੇ 'ਤੇ ਕੰਮ ਆ ਓਨਾ ਕੋਈ ਰਿਸ਼ਤੇਦਾਰ ਮਿਲਦਾ ਵਰਤਦਾ। ਜੇ ਦੋਸਤਾਂ ਦੀ ਗੱਲ ਕਰੀਏ, ਜਿਹੜੇ ਕੰਮ ਇੱਕ ਦੂਜੇ ਨੂੰ ਪੈਂਦਾ ਉਹ ਬਹੁਤ ਮਿਲਦੇ ਵਰਤਦੇ ਨੇ, ਜਦੋਂ ਕੰਮ ਅਲੱਗ ਅਲੱਗ ਹੋ ਜਾਂਦੇ ਨੇ ਫਿਰ ਜਦੋਂ ਦੋਸਤ ਜਿਹੜੇ ਹੈਗੇ ਨੇ ਵਧੀਆ ਤੋਂ ਵਧੀਆ ਉਹ ਵੀ ਦੂਰ ਹੋ ਜਾਂਦੇ ਨੇ। ਤੁਹਾਡੇ ਕੀ ਵਿਚਾਰ ਨੇ? ਖਾਸ ਤੌਰ 'ਤੇ ਬਜ਼ੁਰਗਾਂ ਦੀ ਗੱਲ ਚੱਲਦੀ ਹੈ, ਬਜ਼ੁਰਗਾਂ ਦੇ ਸਤਿਕਾਰ ਦੀ ਗੱਲ ਚੱਲਦੀ, ਬਾਹਰਲੇ ਮੁਲਕਾਂ ਦੇ ਵਿੱਚ ਕਿੰਨੇ ਕੁ ਬਜ਼ੁਰਗ ਸੌਖੇ ਨੇ, ਕਿੰਨੇ ਕੁ ਔਖੇ ਨੇ, ਇਹ ਗੱਲ ਚੱਲਦੀ ਹੈ, ਇਹ ਵਿਸ਼ਾ ਹੈਗਾ। ਬ੍ਰੇਕ ਤੋਂ ਬਾਅਦ ਫਿਰ ਤੁਹਾਨੂੰ ਕਾਲਾਂ ਲਵਾਂਗੇ, ਦੇਖਦੇ ਰਹੋ ਜਸ ਪੰਜਾਬੀ। ਜੀ ਬ੍ਰੇਕ ਤੋਂ ਬਾਅਦ ਹਾਜ਼ਰ ਹੈ ਔਰ ਗੱਲਬਾਤ ਬਜ਼ੁਰਗਾਂ ਦੀ ਚੱਲ ਰਹੀ ਹੈ, ਔਰ ਬਜ਼ੁਰਗਾਂ ਦੀ ਜੇ ਗੱਲਬਾਤ ਕਰੀਏ, ਮੈਨੂੰ ਮੈਸੇਜ ਵੀ ਜਿਹੜੇ ਆ ਰਹੇ ਨੇ, ਬਹੁਤ ਸਾਰੇ ਲੋਕ ਤਾਂ ਇਹ ਕਹਿੰਦੇ ਨੇ ਵੀ ਅਸੀਂ ਔਨ ਏਅਰ ਨਹੀਂ ਗੱਲ ਕਰਨੀ ਚਾਹੁੰਦੇ, ਪਰ ਅਸੀਂ ਹੈਗਾ ਵਾਕਿਆ ਇਹ ਗੱਲਾਂ ਸੱਚੀਆਂ ਨੇ। ਬਹੁਤ ਸਾਰੇ ਘਰਾਂ ਦੇ ਵਿੱਚ ਇਹ ਤਰਾਸਦੀ ਹੈਗੀ ਆ, ਬਹੁਤ ਸਾਰੇ ਘਰਾਂ ਦੇ ਵਿੱਚ। ਇੱਕ ਤਾਂ ਬਜ਼ੁਰਗ ਇਹ ਕਹਿੰਦਾ ਵੀ ਇਹ ਜਿਹੜੀ ਹਵਾ ਹੀ ਹੈਗੀ ਨਾ, ਹਵਾ ਅਤੇ ਪਾਣੀ ਇਹ ਹੀ ਬਦਲ ਗਈ ਹੈ ਜੀ, ਇਹ ਪਤਾ ਨਹੀਂ ਇਹਦੇ ਵਿੱਚ ਕੀ ਘੁਲ ਗਿਆ, ਕਿਹੜੀਆਂ ਜ਼ਹਿਰਾਂ ਘੁਲ ਗਈਆਂ ਪਾਣੀ ਦੇ ਵਿੱਚ ਹੀ। ਇਹਨਾਂ ਜ਼ਹਿਰਾਂ ਨੇ ਰਿਸ਼ਤੇ ਜਿਹੜੇ ਹੌਲੀ 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 ਕਰਕੇ ਸਲੋ ਪੋਇਜ਼ਨ ਕਰਕੇ ਖਤਮ ਹੋ ਗਏ। ਇੱਕ ਨਿੱਕੀ ਜਿਹੀ ਗੱਲ ਹੁੰਦੀ ਹੈ ਘਰ ਦੇ ਵਿੱਚ, ਉਸ ਤੋਂ ਬਾਅਦ ਈਗੋ ਪ੍ਰੋਬਲਮ ਆ ਜਾਂਦੀ ਹੈ ਕਿ ਮੈਂ ਕਿਉਂ ਬੁਲਾਵਾਂ, ਤੁਸੀਂ ਬੁਲਾਓ, ਉਹ ਕਿਉਂ ਬੁਲਾਵੇ, ਮੈਂ ਬੁਲਾਵਾਂ। ਸੋ ਇਹ ਸਾਰੀਆਂ ਚੀਜ਼ਾਂ ਹੈਗੀਆਂ ਨੇ, ਕੀ ਵਿਚਾਰ ਨੇ ਤੁਹਾਡੇ? ਹੈਲੋ, ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਗਿਆਨ ਸਿੰਘ ਬੋਲ ਰਿਹਾ ਜੀ। ਗਿਆਨ ਸਿੰਘ ਜੀ, ਕਾਫੀ ਮੇਰੇ ਖਿਆਲ ਦਿਨਾਂ ਬਾਅਦ ਹੋ ਰਹੀ ਗੱਲਬਾਤ ਨਾ? ਕੱਲ ਹੀ ਆਏ ਜੀ ਤੁਹਾਡੇ ਮੁਲਕ ਚੋਂ, ਇੰਡੀਆ ਚ ਹੋ ਕੇ। ਕੀ ਹਾਲ ਇੰਡੀਆ ਦਾ ਪਹਿਲਾਂ ਤਾਂ ਉਹ ਦੱਸੋ। ਇੰਡੀਆ ਦਾ ਹਾਲ ਤਾਂ ਬਸ ਇੱਦਾਂ ਜੋ ਤੁਸੀਂ ਸੁਣਾ ਰਹੇ ਉਹੀ ਗੱਲਾਂ ਜੀ। ਬਾਕੀ ਜੇ ਤੂੰ ਗੱਲ ਜਿਹੜੀ ਗੱਲ ਕਰ ਰਹੇ ਉੱਥੇ ਇੱਥੇ ਗੱਲ ਇੱਕੋ ਹੀ ਆ ਜੀ ਜੀ। ਦੇਖੋ ਨਾ, ਹਰ ਇਨਸਾਨ ਦਾ ਵੱਖਰਾ ਵੱਖਰਾ ਹੀ ਜਿੱਦਾਂ ਕਹਿੰਦੇ ਨਾ ਘਰਾਂ ਦੇ ਵਿੱਚ ਰੁਝਾਨ ਹੁੰਦੇ ਆ, ਬਿਲਕੁਲ। ਤੇ ਜਦੋਂ ਇਹ ਨੀ ਅਸੀਂ ਡਿਪੈਂਡੈਂਟ ਹੋ ਜਾਂਦੇ ਦੂਏ ਦੇ, ਨਹੀਂ ਉਦੋਂ ਸਾਨੂੰ ਪ੍ਰੋਬਲਮਾਂ ਆਉਂਦੀਆਂ ਹੈਗੀਆਂ। ਮੈਨੂੰ ਗੱਲ ਤੁਹਾਡੀ ਇਹ ਗੱਲ ਥੋੜੀ ਜਿਹੀ ਹੋਰ ਕਲੀਅਰ ਕਰ ਦਿਓ ਵੀ ਕੀ ਕਰਨਾ ਚਾਹੀਦਾ ਬਜ਼ੁਰਗਾਂ ਨੂੰ ਐਸੇ ਹਾਲਾਤ 'ਚ ਵੀ। ਇਹ ਤੁਹਾਡੀ ਗੱਲ ਬਿਲਕੁਲ ਸਹੀ ਹੈ ਵੀ ਜੇ ਵਸੀਅਤ ਬਜ਼ੁਰਗ ਜੀ ਮਤਲਬ ਪਹਿਲਾਂ ਕਰਾ ਦੇਣਾ, ਉਦੋਂ ਬਾਅਦ ਪੰਜਾਬ ਦੀ ਗੱਲ ਕਰੀਏ ਤੇ ਰਾਤਾਂ ਫਿਰ ਗੁਰਦੁਆਰੇ ਕੱਟਣੀਆਂ ਪੈਂਦੀਆਂ। ਇਹ ਚੀਜ਼ ਡਿਪੈਂਡੈਂਟ ਵਾਲੀ ਗੱਲ ਦੁਬਾਰਾ ਕਲੀਅਰ ਕਰਦੇ ਥੋੜੀ ਜੀ। ਹਾਂ, ਡਿਪੈਂਡੈਂਟ ਦੇਖੋ ਨਾ ਜੀ, ਅਸੀਂ ਜਿੱਦਾਂ ਸਾਡੇ ਜਿੱਦਾਂ ਸਾਡੇ ਵੱਡੇ ਹੋਏ ਆ, ਉਹਨਾਂ ਨੇ ਮਿਹਨਤ ਕੀਤੀ, ਅਸੀਂ ਦੇਖਿਆ, ਅਸੀਂ ਅਸੀਂ ਉਹ ਅਸੀਂ ਮਿਹਨਤ ਸਿੱਖੀ ਕਰਨੀ, ਅਸੀਂ ਆਪਣੇ ਵੱਲ ਤੇ ਆਪ ਹੀ ਸਭ ਕੁਛ ਬਣਾਇਆ, ਠੀਕ ਹੈ। ਤੇ ਆਪਣੇ ਬੱਚਿਆਂ ਨੂੰ ਵੀ ਕਹਾਂ ਅਸੀਂ ਮਿਹਨਤ ਹੀ ਕਰਨੀ ਸਿਖਾ ਲਈ ਆ ਵੀ ਭਰਾਵਾ ਸਾਡੇ ਮਗਰੋਂ ਤੁਹਾਡਾ ਆ, ਅਸੀਂ ਤੁਹਾਨੂੰ ਹੁੰਦਿਆਂ ਹੱਥ ਵੱਢ ਕੇ ਨਹੀਂ ਦੇਣੇ, ਹੈਂ। ਤੇ ਇਹ ਸਭ ਕੁਛ ਤੁਹਾਡਾ ਆ, ਠੀਕ ਹੈ। ਇਹਨੂੰ ਇਹ ਜੇ ਕਹੋ ਤੁਸੀਂ ਤੁਹਾਡੇ ਨਾ ਕਰਾ ਦਿਓ, ਤੁਹਾਡੇ ਕੋਲ ਦੇ ਦਿਓ ਸਭ ਕੁਛ, ਉਹ ਨਹੀਂ ਕਰਨਾ ਵੀ ਉਹ ਇਸ ਤਰ੍ਹਾਂ ਬੱਚਿਆਂ ਨੂੰ ਬਣਾ ਲਓ। ਪਰ ਅਸੀਂ ਲਾਡ ਪਿਆਰ ਵਿੱਚ ਬੱਚੇ ਵਿਗਾੜ ਲੈਂਦੇ ਹਾਂ ਪਹਿਲਾਂ, ਅੱਛਾ ਜੀ, ਤੇ ਫਿਰ ਔਖੇ ਹੁੰਦੇ ਅਸੀਂ। ਹੁਣ ਅਸੀਂ ਤਾਂ 87 ਦੇ ਕਰੀਬ ਪਹੁੰਚ ਗਏ ਸੀ, ਠੀਕ ਨਹੀਂ, ਤੇ ਸਾਨੂੰ ਕੋਈ ਪ੍ਰੋਬਲਮ ਨਾ, ਅਸੀਂ ਬਜ਼ੁਰਗ ਨਹੀਂ, ਉਹ ਤਾਂ ਬਜ਼ੁਰਗ ਹੋ ਗਏ ਹੋਵਾਂਗੇ ਉਮਰ 'ਚ, ਪਰ ਸਾਡੇ ਚੋਂ ਗੱਲ ਨਹੀਂ ਹੈ ਨੀ, ਬਿਲਕੁਲ ਅਸੀਂ ਆਪਣੇ ਆਪ ਗੱਡੀਆਂ ਚਲਾਉਣੇ, ਸਭ ਕੁਛ ਕਰਨੇ ਆ, ਮਤਲਬ ਵਧੀਆ ਰਹਿੰਦੇ ਹੈਗੇ। ਮਹਿਸੂਸ ਨਹੀਂ ਕਰਦੇ ਤੁਹਾਡੀ ਉਮਰ ਇੰਨੀ ਹੈ ਜੀ, ਮਹਿਸੂਸ ਨਹੀਂ ਕਰਦੇ ਵੀ ਉਮਰ ਤੁਹਾਡੀ ਇੰਨੀ ਆ, ਦਿਮਾਗੀ ਤੌਰ ਤੇ ਬਿਲਕੁਲ ਹਾਂਜੀ ਬਿਲਕੁਲ, ਆਪਾਂ ਡਿਪੈਂਡੈਂਟ ਹੋਏ ਨੇਗੇ। ਹੁਣ ਸਾਡੇ ਤੇ ਜਿਹੜੇ ਪੋਤੇ ਪੜੋਤੇ ਉਹ ਵੀ ਕਿੱਡੇ ਕਿੱਡੇ ਹੋ ਗਏ ਆ, ਹੈ ਜੀ, ਅਸੀਂ ਮੰਨਦੇ ਨੀ ਆਪਾਂ, ਅਸੀਂ ਦੇਖੋ ਜੱਗੀ ਸਾਹਿਬ, ਗੱਲ ਹੈਗੀ ਆ, ਹੱਥ ਨੀ ਵੱਢ ਕੇ ਦੇਣੇ ਜੀਂਦੇ ਨੇ, ਠੀਕ ਨੀ, ਆਪਣੇ ਕੋਲ ਆਪਣਾ ਜਰੂਰ ਪੱਲਾ ਰੱਖਣਾ ਆ, ਤਾਂ ਹੀ ਤੁਹਾਡੀ ਕਦਰ ਹੋਣੀ ਆ। ਜੋ ਤੁਸੀਂ ਹੱਥ ਵੱਢ ਕੇ ਦੇ ਦਿਓਗੇ
ਤੁਸੀਂ ਚਾ ਪਿਆਰ ਲਾੜ ਨਾਲ ਉਹਨਾਂ ਨੂੰ ਕਰਾ ਦਿਓਗੇ ਤੇ ਫਿਰ ਤੁਸੀਂ ਦੁਖੀ ਹੋਣਾ ਹੀ ਹੈ, ਠੀਕ ਨੇ ਜੀ? ਕੀ ਬਾਤ ਹੈ ਜੀ, ਕੀ ਬਾਤ ਹੈ ਜੀ, ਹੈ ਜੀ, ਆਪਣੀ ਆਪਣੀ ਸੋਚ ਹੈ। ਦੇਖੋ ਜੀ, ਤਾਂ ਮੈਂ, ਮੇਰਾ ਬਾਪ ਸਿਰ ਤੇ ਨਹੀਂ ਰਿਹਾ ਸੀਗਾ, 4 ਸਾਲ ਦੀ ਉਮਰ ਚ ਅਫਰੀਕਾ ਜਾ ਕੇ ਐਕਸਪਾਇਰ ਹੋ ਗਏ। ਮੇਰੀ ਮਾਂ ਨੇ ਸਾਨੂੰ ਪਾਲਿਆ, ਨਾਲ ਕਿਵੇਂ ਰਹੇ ਸੀ, ਚਲੋ ਵਧੀਆ ਪਲੇ, ਫਿਰ ਸਿਰ ਤੇ ਜ਼ਿੰਮੇਵਾਰੀ ਪਈ, ਸਭ ਕੁਛ ਆਪ ਆਪਣਾ ਬਣਾਇਆ। ਇੱਕੋ ਲੜਕਾ ਮੇਰਾ ਗਾ, ਉਹ ਜਿੱਦ ਕੀਤੀ ਅਮੈਰੀਕਾ ਆਉਣ ਦੀ, ਚਲੋ 87 ਚ ਅਮੈਰੀਕਾ ਭੇਜਤਾ। ਉਹਨੂੰ ਕਿਹਾ, ਕਾਕਾ ਵੀ ਤੂੰ ਆਪਣੀ ਕਮਾਈ ਕਰਕੇ ਇੱਥੇ ਆਪਣੀ ਜ਼ਿੰਦਗੀ ਬਸਰ ਕਰਨੀ ਹੈ, ਝਾਕ ਨੀ ਰੱਖਣੀ ਪਿੱਛੇ। ਉਹਨੂੰ ਇਹ ਕਾਬਲ ਬਣਾ ਦਿੱਤਾ ਕਿ ਹੁਣ ਆਪਣਾ ਘਰ ਵੀ ਬਣਾ ਲਿਆ, ਸੋਹਣਾ ਹੋ ਰਿਹਾ। ਇੱਕੋ ਮੁੰਡਾ ਉਹਦਾ ਹੋਇਆ, ਮਤਲਬ ਅਸੀਂ ਆਪਣੇ ਬੱਚਿਆਂ ਨੂੰ ਇਹ ਸਿਖਾ ਲਿਆ ਵੀ ਤੁਸੀਂ ਆਪ ਕਰਨਾ ਜੋ ਆਪਣੇ ਵਾਸਤੇ ਕਰਨਾ, ਬਾਕੀ ਅਸੀਂ ਜੋ ਸਾਡੇ ਕੋਲ ਬਚਣਾ ਤੁਹਾਡਾ ਹੀ ਆ, ਜੀ ਦੇ ਹੱਥ ਵੱਢ ਕੇ ਨਹੀਂ ਦੇਣੇ, ਠੀਕ ਨੀ? ਅਸੀਂ ਦੇਖੋ, ਅਸੀਂ ਡਿਪੈਂਡੈਂਟ ਨਹੀਂ ਹੋਈ ਚੁੱਕੇ, ਅਸੀਂ ਕਸੂਰ ਮਾਪਿਆਂ ਹੈ ਜੀ, ਬਹੁਤ ਵੱਡੀ ਗੱਲ ਹੈ। ਹਾਂ, ਅਸੀਂ ਅਸੀਂ ਇਹਦੇ ਚ ਕਸੂਰ, ਸਾਡੇ ਬਜ਼ੁਰਗ ਹੀ ਓਦਾਂ ਦਾ, ਪਰ ਜਿੱਦਾਂ ਉਹਨਾਂ ਬਜ਼ੁਰਗਾਂ ਚ ਨਿਕਲੇ ਕਿ ਥੱਲੇ ਲੱਗੇ ਹੋਏ ਆ, ਠੀਕ ਨਹੀਂ? ਬਿਲਕੁਲ, ਹਾਂਜੀ, ਇਸ ਤਰ੍ਹਾਂ ਆਪਣਾ, ਹਾਂਜੀ, ਇਹ ਆਪਣੇ ਬੱਚਿਆਂ ਨੂੰ ਇਹ ਪਹਿਲੋ, ਉਹਨਾਂ ਨੂੰ ਮਿਹਰਬਾਨੀ ਜੀ, ਬਹੁਤ ਮਿਹਰਬਾਨੀ, ਬਹੁਤ ਵਧੀਆ ਗੱਲਾਂ ਪਤਾ ਹੈਗੀਆਂ ਵੀ ਹੱਥ ਵੱਢ ਕੇ ਨਹੀਂ ਦੇਣੇ ਚਾਹੀਦੇ। ਮਤਲਬ ਮੁੱਖ ਦੀ ਗੱਲ ਤਾਂ ਫਿਰ ਉੱਥੇ ਹੀ ਆ ਗਈ ਨਾ ਜੀ, ਹੱਥ ਵੱਢ ਕੇ ਨਹੀਂ ਤਾਂ ਤੁਹਾਡੇ ਪੱਲੇ ਹੈਗੇ, ਉਹ ਤੁਹਾਡੀ ਤੁਹਾਡੀ ਰਿਸਪੈਕਟ ਨਹੀਂ ਕਰਦੇ, ਤੁਹਾਡਾ ਸੇਵਾ ਬਜ਼ੁਰਗਾਂ ਦੀ ਨਹੀਂ ਕਰਦੇ, ਉਹਦੇ ਪਿੱਛੇ ਜੋ ਪਿਆ ਹੈਗਾ ਵਾ, ਜੋ ਉਹਨਾਂ ਨੇ ਨਹੀਂ ਦਿੱਤਾ ਜਾਂ ਜਿਹੜੀ ਝਾਕ ਹੈਗੀ ਆ ਉਹਦਾ ਕਰਕੇ ਸੇਵਾ ਹੁੰਦੀ। ਚਲੋ ਇਹ ਵੀ ਗੱਲ ਠੀਕ ਹੈਗੀ ਆ, ਵਧੀਆ ਇੱਕ ਆਈਡੀਆ ਬਜ਼ੁਰਗਾਂ ਵਾਸਤੇ ਹੈਗਾ ਵੀ ਜ਼ਰੂਰ ਜੋ ਹੱਥ ਪੱਲੇ ਹੈਗਾ ਬਾਅਦ 'ਚ ਕੀ ਹੋਣਾ ਹੋਣਾ, ਜਿੰਨਾ ਹੈਗਾ ਉਹਨੂੰ ਇੰਜੋਏ ਕਰੋ ਖੂਬ। ਤਾਂ ਫਿਲਹਾਲ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਕੋਸ਼ਿਸ਼ ਕਰਾਂ ਕਰ ਲੈਣ ਦੀ, ਦੇਖਦੇ ਰਹੋ ਜਸ ਪੰਜਾਬੀ। ਜੀ, ਪ੍ਰੋਗਰਾਮ ਦਾ ਸਮਾਂ ਖਤਮ ਹੈ, ਦੋ ਕਾਲਾਂ ਫਲੈਸ਼ ਕਰ ਰਹੀਆਂ, ਇਹ ਕਾਲਾਂ ਹੁਣ ਨਹੀਂ ਲੈ ਹੋਣੀਆਂ। ਮੁੱਖ ਦੀ ਗੱਲ ਤਾਂ ਇਹ ਹੈ, ਮੈਂ ਤਾਂ ਇਹੀ ਕਹਿੰਦਾ ਜੀ, ਪਰਮਾਤਮਾ ਸਮੱਤ ਬਖਸ਼ੇ ਨਿਆਣਿਆਂ ਨੂੰ, ਉਹਨਾਂ ਨੂੰ, ਬੱਚਿਆਂ ਨੂੰ ਜਿਹੜੇ ਬਜ਼ੁਰਗਾਂ ਦੀ ਸੇਵਾ ਨਹੀਂ ਕਰਦੇ, ਸਤਿਕਾਰ ਨਹੀਂ ਕਰਦੇ, ਉਹਨਾਂ ਨੂੰ ਸਮੱਤ ਬਖਸ਼ੇ ਉਹਨਾਂ ਦਾ ਸਤਿਕਾਰ ਕਰਨ ਦੀ, ਅਤੇ ਦੂਜਾ ਨਾਲ ਦੀ ਨਾਲ ਕਈਆਂ ਨਿਆਣਿਆਂ ਨੂੰ, ਕਈਆਂ ਬੱਚਿਆਂ ਨੂੰ ਵੀ ਆਪਣੇ ਬਜ਼ੁਰਗਾਂ 'ਤੇ ਸ਼ਿਕਾਇਤ ਹੁੰਦੀ ਵੀ ਇਹ ਲੋਕਾਂ ਦੇ ਨਿਆਣੇ ਵਿਗੜਦੇ, ਸਾਡਾ ਤਾਂ ਬਾਪੂ ਹੀ ਵਿਗੜਿਆ ਫਿਰਦਾ। ਸੋ ਉਹਨਾਂ ਬਜ਼ੁਰਗਾਂ ਨੂੰ ਵੀ ਰੱਬ ਸਮੱਤ ਬਖਸ਼ੇ ਵੀ ਤੁਸੀਂ ਵੀ ਭਾਈ ਧਿਆਨ ਰੱਖੋ, ਕਿਤੇ ਨਾ ਕਿਤੇ ਕਈ ਕੇਸਾਂ ਦੇ ਵਿੱਚ ਬਜ਼ੁਰਗਾਂ ਦਾ ਕਸੂਰ ਵੀ ਕੋਈ ਨਾ ਕੋਈ ਹੋ ਸਕਦਾ ਹੈ, ਆਪਣੀ ਕਮੀ ਵੀ ਹੋ ਸਕਦੀ ਹੈ ਜਿਹਦਾ ਕਰਕੇ ਬੱਚੇ ਨਹੀਂ ਸਤਿਕਾਰ ਕਰਦੇ। ਸੋ ਉਮੀਦ ਕਰਦਾ ਜੀ ਅੱਜ ਦਾ ਪ੍ਰੋਗਰਾਮ ਵੀ ਵਧੀਆ ਲੱਗਿਆ ਹੋਊਗਾ। ਈਮੇਲ ਕਰ ਸਕਦੇ ਹੋ jakki@jasbroadcasting.com ਜਾਂ ਫਿਰ info@jasbroadcasting.com। ਇਸ ਤੋਂ ਇਲਾਵਾ ਫੇਸਬੁੱਕ, ਟਵਿੱਟਰ, ਮੇਰਾ ਸੈੱਲ ਨੰਬਰ 2902933-2094503362 'ਤੇ ਵੀ ਕਾਲ ਕਰਕੇ ਕੋਈ ਗੱਲਬਾਤ ਕਰਨੀ ਚਾਹੁੰਦੇ ਹੋ, ਜਾਣਕਾਰੀ ਲੈਣੀ ਚਾਹੁੰਦੇ ਹੋ ਜਾਂ ਕੋਈ ਜਾਣਕਾਰੀ ਦੇਣੀ ਚਾਹੁੰਦੇ ਹੋ ਤਾਂ ਦੇ ਸਕਦੇ ਹੋ। ਅਖੀਰ ਦੇ ਵਿੱਚ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ, ਖੁਸ਼ ਰਹੋ, ਖੁਸ਼ ਰੱਖੋ, ਰੱਬ ਰਾਖਾ, ਜੀਵੇ ਪੰਜਾਬ, ਜੀਵੇ ਪੰਜਾਬੀ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਪਾਣੀ ਸਰਬੱਤ ਦਾ ਭਲਾ।